जस टीवी देख रहे तुसी, मैं केपी सिंह टू द पॉइंट विद तुहाडा सब दा स्वागत करता है। किसान जथेबंदियां ने इस नूं देश व्यापी अंदोलन बना दिता है। 5 तरीक नूं चक्का जाम होगा, 26-27 नवंबर नूं दिल्ली चलो दी काल दे दित्ती गई है। उस दे बावजूद केंद्र सरकार वल्लों अजे तक इन्हां नूं कोई इहो जिहा सुनेहा नहीं मिलिया जिस नाल इह अपने ऐलान ते विचार कर सकन। दिल्ली किवें पहुंचणगे, क्योंकि पंजाब तो जदों पहलां कोई भी जाता सीगा तो उदों शंभू बॉर्डर से उन्होंने रोक लिया जाता सीगा। हुण स्थिति किहो जी है, दिल्ली की सरकार केंद्र सरकार की प्लान तैयार करी बैठी है, पर इस सब दे विचाले दिल्ली लई किसानों का प्लान की है, असी उस ते चर्चा करांगे। खास मेहमान साडे नाल मौजूद होणगे, उन्हां तुहाडा तारुफ भी कराऊंगा, जिहड़े वड्डे किसान लीडर ने डॉक्टर दर्शनपाल, वो साडे नाल मौजूद होणगे। असी उन्हां तों इक्को सवाल पुछना वड्डा, दिल्ली लई किसानों का प्लान की? डॉक्टर दर्शनपाल प्रधान ने क्रांतिकारी किसान यूनियन दे आल इंडिया किसान संघर्ष कमेटी कोऑर्डिनेशन कमेटी दे विच 20 मैंबरां दे विच शामिल ने, ते जिहड़ी 7 मैंबर इत्थों कमेटी गई सी उहदे विच शामिल रहे आ, जिहड़ी अध विचाले उठ के आ गई सी केंद्र नाल बैठक दे विचाले, खेतीबाड़ी सकत्तर दे नाल जिहड़ी बैठक सीगी ਉਹ ਸਾਡੇ ਨਾਲ ਮੌਜੂਦ ਹੈਗੇ। ਡਾਕਟਰ ਦਰਸ਼ਨਪਾਲ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਡਾਕਟਰ ਦਰਸ਼ਨਪਾਲ, ਹਾਲਾਂ ਬਾਰੇ ਇੱਕ ਚੀਜ਼ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ ਵਾਰੀ ਵਾਰੀ ਕਿਸਾਨ ਨੂੰ ਕਿਹਾ ਜਾਂਦਾ ਕਿ ਅਸੀਂ ਇਹਨੂੰ ਸਮਝਾਉਂਦੇ ਹਾਂ, ਜਿਹੜਾ ਇੰਨਾ ਪੜ੍ਹਿਆ ਲਿਖਿਆ ਕਿਸਾਨ ਸਾਡੇ ਸਾਹਮਣੇ ਬੈਠਿਆ ਹੋਵੇ ਅਤੇ ਉਸ ਕਿਸਾਨ ਨੂੰ ਜਦੋਂ ਖੇਤੀਬਾੜੀ ਸਕੱਤਰ ਇਹ ਕਹਿਣ ਕਿ ਤੁਹਾਨੂੰ ਸਮਝਾਉਂਦੇ ਹਾਂ, ਤਾਂ ਫਿਰ ਸਵਾਲ ਉੱਠਣੇ ਲਾਜ਼ਮੀ ਹੈਗੇ ਆ ਕਿ ਸਮਝਾਇਆ ਕਿਸ ਨੂੰ ਜਾ ਰਿਹਾ, ਉਸ ਨੂੰ ਸਮਝਾਇਆ ਜਾ ਰਿਹਾ ਜਾਂ ਖੁਦ ਜ਼ਮੀਨ ਵਿਗਿਆਨੀ ਹੈਗਾ ਜਿਸ ਨੂੰ ਸਮਝ ਹੈ ਕੀ ਹੈ ਕਿ ਇਸ ਵਿੱਚੋਂ ਮੈਂ ਪੈਦਾ ਕੀ ਕਰਨਾ ਹੈਗਾ, ਉਸ ਨੂੰ ਸਮਝਾਇਆ ਜਾਵੇਗਾ। ਇਹ ਸਵਾਲ ਆਪਣੇ ਆਪ ਵਿੱਚ ਵੱਡਾ ਹੈਗਾ। ਡਾਕਟਰ ਦਰਸ਼ਨਪਾਲ, ਮੈਂ ਇੱਥੋਂ ਸ਼ੁਰੂ ਕਰੂੰਗਾ ਸਰ, ਮਸ਼ਾਲਾ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਸਰ ਇਹ ਕਿਉਂ ਕਹਿਣਾ ਪੈ ਰਿਹਾ ਤੁਹਾਨੂੰ, ਇਨਕਲਾਬੀ ਗੀਤ ਕਿਉਂ ਗਾਉਣੇ ਪੈ ਰਹੇ ਆ? ਡਾਕਟਰ ਦਰਸ਼ਨਪਾਲ, ਦਿੱਲੀ ਦੀ ਉਸ ਮੀਟਿੰਗ ਵਿੱਚ ਤੁਸੀਂ ਇਹ ਗਾ ਰਹੇ ਸੀਗੇ, ਸਾਡੇ ਇੱਥੇ ਚੱਲ ਵੀ ਰਿਹਾ ਸਰ ਨਾਲ। ਅੱਛਾ, ਨਹੀਂ ਉਹ ਤਾਂ ਮੀਟਿੰਗ ਸ਼ੁਰੂ ਹੋਣੀ ਸੀ, ਹਲੇ ਸਾਰੇ ਲੋਕ ਆਏ ਨਹੀਂ ਸੀ, ਤੇ ਮੈਂ ਜਦੋਂ ਤੋਂ ਸਟੂਡੈਂਟ ਮੂਵਮੈਂਟ 'ਚ, ਡਾਕਟਰਾਂ ਦੀ ਯੂਨੀਅਨ 'ਚ ਅਤੇ ਫਿਰ ਕਿਸਾਨ ਯੂਨੀਅਨ 'ਚ, ਬਹੁਤ ਸਾਰੀਆਂ ਡੈਮੋਕ੍ਰੇਟਿਕ ਮੂਵਮੈਂਟ ਜਦੋਂ ਰਿਹਾ, ਸ਼ੁਰੂ ਤੋਂ ਗਾਉਣ ਦਾ ਮੈਨੂੰ ਸ਼ੌਂਕ ਸੀ ਅਤੇ ਗਾਣੇ ਹਮੇਸ਼ਾ ਅੱਛੇ ਲੋਕ ਪੱਖੀ ਗਾਉਂਦੇ ਰਹੇ ਹੈ। ਉਹ ਕੱਲ੍ਹ ਜਦੋਂ ਮੀਟਿੰਗ ਤੋਂ ਪਹਿਲਾਂ ਟਾਈਮ ਸੀ ਤਾਂ ਕਿਸੇ ਨੇ ਕਹਿਤਾ ਕਿ ਕੋਈ 19 ਦੇ ਟਾਈਮ ਲੋਕ ਆਉਂਦੇ ਨੇ, ਗਾਣਾ ਸ਼ੁਰੂ ਕਰੋ, ਤਾਂ ਮੈਂ ਬੜੀ ਦੇਰ ਬਾਅਦ ਗਾਣਾ ਗਾਇਆ ਸੀ ਕੱਲ੍ਹ ਪੰਜਾਬੀ ਦੇ ਵਿੱਚ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ। ਉਹ ਗਾਣੇ ਦਾ ਅਸਲ 'ਚ ਬਿੰਬ ਇਹ ਹੈ ਕਿ ਤੁਸੀਂ ਆਪਣੀ ਸਮਝ ਅਤੇ ਅਕਲ ਨੂੰ, ਜਿਹਨੂੰ ਆਪਾਂ ਕਹਿੰਦੇ ਕਿ ਅਕਲ ਅਤੇ ਸਮਝ ਦੇ ਨਾਲ ਅੱਗੇ ਚੱਲੋ, ਕਿਉਂਕਿ ਪੰਧ ਹੈ ਜਿਹੜਾ ਉਹਦੇ ਵਿੱਚ ਠੋਕਰਾਂ ਬੜੀਆਂ ਨੇ, ਹਨੇਰਾ ਹੈ, ਇਸ ਲਈ ਸਾਰਿਆਂ ਨੂੰ ਮਿਲ ਕੇ ਚੱਲਣ ਦਾ, ਸਮਝ ਨਾਲ ਚੱਲਣ ਦਾ, ਨਿਸ਼ਾਨੇ ਸਪਸ਼ਟ ਕਰਕੇ ਚੱਲਣ ਦਾ, ਆਪਣਾ ਰਾਹ ਸਪਸ਼ਟ ਕਰਕੇ ਚੱਲਣ ਦਾ ਇੱਕ ਤਰੀਕਾ ਹੋਣਾ ਚਾਹੀਦਾ। ਉਹ ਫਿਰ ਗਾਣਾ ਮੇਰੇ ਕੁਦਰਤੀ ਯਾਦ ਆ ਗਿਆ ਅਤੇ ਮੈਂ ਗਾਤਾ, ਪਰ ਤੁਹਾਡੇ ਕੋਲ ਕਿਵੇਂ ਪਹੁੰਚ ਗਿਆ ਗਾਣਾ ਮੈਨੂੰ ਇਹ ਨਹੀਂ ਸਮਝ ਆਉਂਦੀ। ਤੁਸੀਂ ਅੱਜ ਸੁਣਾ ਵੀ ਦਿਓ ਸਰ ਇੱਥੇ ਸਾਡੇ ਦਰਸ਼ਕਾਂ ਨੂੰ। ਅੱਛਾ, ਇਹੀ ਗਾਣਾ? ਹਾਂਜੀ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ, ਮਸ਼ਾਲਾਂ ਬਾਲ ਕੇ ਚੱਲਣਾ, ਮਿਲੇ ਮਨਸੂਰ ਨੂੰ ਸੂਲੀ ਜ਼ਹਿਰ ਸੁੱਕ ਰਾਤ ਦੇ ਹਿੱਸੇ, ਮਿਲੇ ਮਨਸੂਰ ਨੂੰ ਸੂਲੀ ਜ਼ਹਿਰ ਸੁੱਕ ਰਾਤ ਦੇ ਹਿੱਸੇ, ਰਹੇਗਾ ਜ਼ੁਲਮ ਸੰਖਹਿਣਾ ਜਦੋਂ ਤੱਕ ਰਾਤ ਬਾਕੀ ਹੈ, ਮਸ਼ਾਲਾਂ ਬਾਲ ਕੇ ਚੱਲਣਾ। ਡਾਕਟਰ ਦਰਸ਼ਨਪਾਲ, ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਤੁਹਾਡੇ ਇਹਨਾਂ ਸ਼ਬਦਾਂ ਦੇ ਮੁਕਾਬਲੇ ਕੁਛ ਕਹਿਣ ਨੂੰ। ਮੇਰਾ ਸਵਾਲ ਇੱਕੋ ਹੀ ਹੈ ਡਾਕਟਰ ਦਰਸ਼ਨਪਾਲ, ਕਿ ਇਹ ਮਸ਼ਾਲਾਂ ਦੀ ਰੋਸ਼ਨੀ ਹੈ ਕੇਂਦਰ ਸਰਕਾਰ ਨੂੰ ਸਰ ਦਿਖਾਈ ਦਊਗੀ ਜਾਂ ਨਹੀਂ? ਦੇਖੋ, ਜਿਵੇਂ ਦਾ ਮਾਹੌਲ ਬਣਿਆ ਹੋਇਆ, ਜਿਸ ਤਰ੍ਹਾਂ ਦਾ ਐਟੀਚਿਊਡ ਜਾਂ ਜਿਸ ਤਰ੍ਹਾਂ ਦਾ ਸਾਡੇ ਪ੍ਰਤੀ ਰੁੱਖ ਅਪਣਾਇਆ ਹੋਇਆ ਕੇਂਦਰ ਸਰਕਾਰ ਨੇ, ਸਾਡੇ ਪ੍ਰਤੀ ਹੀ ਨਹੀਂ ਬਲਕਿ ਮੈਂ ਕਹਿਣਾ ਚਾਹੂੰਗਾ ਕਿ ਦੇਸ਼ ਦੀ ਜਨਤਾ ਪ੍ਰਤੀ, ਦੇਸ਼ ਦੇ ਵੱਖ ਵੱਖ ਜਿਹੜੇ ਪਰਤਾਂ ਦੇ ਲੋਕ ਨੇ, ਸੂਬਿਆਂ ਦੇ ਲੋਕ ਨੇ, ਧਰਮਾਂ ਦੇ ਲੋਕ ਨੇ, ਜਾਤਾਂ ਦੇ ਲੋਕ ਨੇ, ਕੌਮਾਂ ਨੇ, ਸਾਡੇ ਦੇਸ਼ ਦੇ ਵਿੱਚ ਵੱਖ ਵੱਖ ਬੋਲੀ ਬੋਲਦੀਆਂ,
ਉਹਨਾਂ ਸਾਰਿਆਂ ਪ੍ਰਤੀ ਤੇ ਫਿਰ ਮੈਂ ਅਖੀਰ ਚਾਹੂੰਗਾ ਕਿ ਸਾਡੇ ਕਿਸਾਨਾਂ ਪ੍ਰਤੀ ਜੋ ਰੁੱਖ ਅਪਣਾਇਆ ਗਿਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਕਾਫੀ ਮੁਸ਼ਕਲ ਹੈ ਕਿ ਕੇਂਦਰ ਸਰਕਾਰ ਉਸ ਸਾਡੀ ਜਿਹੜੀ ਕੋਸ਼ਿਸ਼ ਹੈ ਉਹਨੂੰ ਜਲਦੀ ਜਲਦੀ ਕੋਈ ਸਵੀਕਾਰ ਕਰੂਗੀ ਜਾਂ ਉਹਦੇ ਵੱਲ ਧਿਆਨ ਦਊਗੀ। ਇਸੇ ਕਰਕੇ ਅਸੀਂ ਪੰਜਾਬ ਦੇ ਕਿਸਾਨਾਂ ਨੇ ਕਾਫੀ ਵੱਡਾ ਇੱਕ ਸੰਘਰਸ਼ ਲੜਿਆ ਤੇ ਪੰਜਾਬ ਦੇ ਕਿਸਾਨਾਂ ਦੇ ਉਸ ਸੰਘਰਸ਼ ਸਦਕਾ ਦੇਸ਼ ਦੇ ਵਿੱਚ ਇੱਕ ਨਵਾਂ ਜਾਗ ਲੱਗਿਆ ਕਿਸਾਨਾਂ ਦੇ ਅੰਦਰ, ਕਿਸਾਨ ਜਥੇਬੰਦੀਆਂ ਦੇ ਅੰਦਰ। ਤੇ ਇੱਕ ਤੁਸੀਂ ਹੈਰਾਨ ਹੋਵੋਗੇ ਕਿ ਚੰਗੀ ਗੱਲ ਵੀ ਆ ਉਹ ਕਿ ਮੀਡੀਆ ਨੇ ਵੀ ਬਹੁਤ ਜਗ੍ਹਾ ਤੇ ਇਹਨੂੰ ਪ੍ਰੋਜੈਕਟ ਕਰਨਾ ਸ਼ੁਰੂ ਹੋ ਕਰਤਾ ਕਿ ਕਿਸਾਨਾਂ ਦਾ ਸੰਘਰਸ਼ ਦਾ ਪੰਜਾਬ ਮਾਡਲ, ਬਲਕਿ ਇਹ ਐਡੀਟੋਰੀਅਲ 'ਚ ਵੀ ਮੈਂ ਦੇਖਿਆ ਕੱਲ੍ਹ ਇੱਕ ਅਖਬਾਰ ਦੇ ਅੰਦਰ। ਇਹਦੇ ਨਾਲ ਹੀ ਅਸੀਂ ਅਸਲ 'ਚ ਕੱਲ੍ਹ ਦਿੱਲੀ ਦੇ ਵਿੱਚ ਬਹੁਤ ਵੱਡੀ ਮੀਟਿੰਗ ਕੀਤੀ ਹੈ, ਜਿਹਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਇਹ ਵੱਡੀ ਮੀਟਿੰਗ ਜਿਹੜੀ ਹੋਈ ਹੈ ਇਹ ਇਕੱਲੇ ਪੰਜਾਬ ਦੇ ਨਹੀਂ, ਹੁਣ ਦੇਸ਼ ਦੇ ਕਿਸਾਨਾਂ ਵੱਲੋਂ ਇੱਕ ਲਲਕਾਰ ਹੈ, ਇੱਕ ਵੰਗਾਰ ਹੈ ਦੇਸ਼ ਦੇ ਕੇਂਦਰ ਸਰਕਾਰ ਨੂੰ ਕਿ ਹੁਣ ਅਸੀਂ ਇਕੱਲੇ ਪੰਜਾਬ ਨਹੀਂ ਜਾਂ ਇਕੱਲੇ ਹਰਿਆਣਾ ਨਹੀਂ, ਪੂਰੇ ਦੇਸ਼ ਦੇ ਕਿਸਾਨ ਅਸੀਂ ਇਕੱਠੇ ਹੋ ਕੇ ਸਾਡੇ ਜਿਹੜੇ ਮਸਲੇ ਨੇ, ਜਿਹੜੇ ਪਹਿਲਾਂ ਸਾਡੇ ਮਿਨੀਮਮ ਸਪੋਰਟ ਪ੍ਰਾਈਸ, ਮਾਰਕੀਟਿੰਗ, ਕਰਜ਼ਿਆਂ ਦੇ ਮਸਲੇ ਸੀ, ਉਹਦੇ ਉੱਪਰ ਦੀ ਜਿਹੜਾ ਸਾਡੇ 'ਤੇ ਹਮਲਾ ਕੀਤਾ 3 ਖੇਤੀ ਕਾਨੂੰਨ ਬਣਾਉਣ ਦਾ ਅਤੇ ਬਿਜਲੀ ਬਿੱਲ 2020 ਲੈ ਕੇ ਆਉਣ ਦਾ, ਇਹਦੇ ਉੱਤੇ ਕਿਸਾਨ ਜਥੇਬੰਦੀਆਂ ਲਗਾਤਾਰ ਲੋਕਡਾਊਨ ਦੇ ਦੌਰਾਨ ਵੀ ਸੰਘਰਸ਼ ਕਰਦੀਆਂ ਰਹੀਆਂ ਨੇ ਅਤੇ ਕਰ ਰਹੀਆਂ ਨੇ। ਇਸ ਕਰਕੇ ਅਸੀਂ ਇਹ ਜਿਹੜਾ ਹਨੇਰੇ ਦਾ ਰਾਜ ਹੈ, ਇਹ ਜਿਹੜਾ ਹਨੇਰੇ ਦਾ ਇੱਕ ਚੱਲ ਰਿਹਾ ਵਕਤ ਹੈ, ਜਿਹੜਾ ਇਸ ਵਕਤ ਦੇ ਅੰਦਰ ਲੋਕਾਂ ਦੀ ਜਿਹੜੀ ਗਰਜਵੀਂ ਆਵਾਜ਼, ਲੋਕਾਂ ਦੇ ਜਿਹੜੇ ਸਵਾਲ, ਲੋਕਾਂ ਦਾ ਇਕੱਠ, ਲੋਕਾਂ ਦਾ ਸੰਘਰਸ਼ ਹੈ ਜਿਹੜਾ, ਖਾਸ ਕਰਕੇ ਜਿਹਦੇ ਵਿੱਚ ਧੁਰਾ ਅੱਜ ਕਿਸਾਨ ਸੰਘਰਸ਼ ਬਣੇ ਹੋਏ ਨੇ, ਇਹ ਇੱਕ ਆਪਣੇ ਆਪ ਨੂੰ ਉਸ ਹਨੇਰੇ ਨੂੰ ਘੱਟ ਕਰਨ ਵੱਲ ਜਾਂ ਉਹਨੂੰ ਰੋਸ਼ਨੀ 'ਚ ਬਦਲਣ ਵੱਲ ਲੈ ਕੇ ਜਾਊਗਾ। ਡਾਕਟਰ ਦਰਸ਼ਨਪਾਲ, ਕਿਸਾਨ ਜਥੇਬੰਦੀਆਂ ਬਹੁਤ ਜ਼ਿਆਦਾ ਇਕੱਠੀਆਂ ਨਹੀਂ ਹੁੰਦੀਆਂ ਗਾ, ਪਰ ਇਸ ਵਕਤ ਤੁਹਾਡੀ ਸਫਲਤਾ ਹੈ ਕਿ ਤੁਸੀਂ ਇੰਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਇਕੱਠੀਆਂ ਕਰ ਲਈਆਂ। ਡਾਕਟਰ ਦਰਸ਼ਨਪਾਲ, ਤੁਹਾਡੀ ਤਾਂ ਉਮਰ ਬਹੁਤ ਜ਼ਿਆਦਾ ਸਾਡੇ ਤੋਂ, ਪਰ ਜਿੰਨੀ ਕੁ ਸਾਡੀ ਸਮਝ ਹੈ ਸਾਨੂੰ ਦੇਖਦੇ ਹਾਂ, ਇਸ ਤੋਂ ਵੱਡਾ ਅਸੀਂ ਕਿਸਾਨ ਅੰਦੋਲਨ ਇਸ ਤੋਂ ਪਹਿਲਾਂ ਨਹੀਂ ਦੇਖਿਆ ਗਾ। ਡਾਕਟਰ ਦਰਸ਼ਨਪਾਲ, ਡਾਕਟਰ ਦਰਸ਼ਨਪਾਲ, ਜਦੋਂ ਤੁਸੀਂ ਲੋਕ ਇਹ ਕਹਿੰਦੇ ਆ ਕਿ ਸਿਆਸਤ ਇੱਕ ਮੰਚ 'ਤੇ ਇਕੱਠੀ ਹੋਵੇ ਇਹਨਾਂ ਮੁੱਦਿਆਂ 'ਤੇ, ਉਦੋਂ ਸਰ ਸਵਾਲ ਇਹ ਉੱਠਦਾ ਕਿ ਤੁਹਾਡੀਆਂ ਜਥੇਬੰਦੀਆਂ ਸਰ ਇੱਕ ਮੰਚ 'ਤੇ ਇਕੱਠੀਆਂ ਹੈਗੀਆਂ, ਦੇਖਦੀਆਂ ਹੋਰ ਪਈਆਂ ਸਰ, ਪਿੱਛੇ ਕੁਛ ਹੋਰ ਹੈ ਸਰ, ਉਸ ਬਾਰੇ ਚਾਨਣਾ ਪਾ ਦੋਗੇ? ਡਾਕਟਰ ਦਰਸ਼ਨਪਾਲ, ਦੇਖੋ ਪਹਿਲੀ ਗੱਲ ਤਾਂ ਇਹ ਹੈ, ਜਿਹੜੀ ਤੁਸੀਂ ਪਹਿਲੀ ਗੱਲ ਰੱਖੀ ਹੈ, ਮੈਂ ਇਹਨੂੰ ਥੋੜ੍ਹਾ ਜਿਹਾ ਵਧਾਉਣਾ ਚਾਹੁੰਦਾ ਅੱਗੇ ਜੀ, ਕਿ ਦੇਸ਼ ਦੇ ਇਤਿਹਾਸ ਵਿੱਚ ਅਤੇ ਖਾਸ ਕਰਕੇ 1947 ਤੋਂ ਬਾਅਦ ਕੋਈ ਵੀ ਐਡੀ ਵੱਡੀ ਵਿਸ਼ਾਲ ਮੂਵਮੈਂਟ ਹੈ ਜਿਹੜੀ ਇਹ ਭਾਰਤ ਦੇ ਵਿੱਚ, ਜਿਹੜੀ ਉੱਤਰ ਤੋਂ ਦੱਖਣ ਪੂਰਬ ਤੋਂ ਪੱਛਮ ਤੱਕ ਚੱਲ ਰਹੀ ਹੋਵੇ, ਇਹ ਥੋੜ੍ਹੀ ਬਹੁਤੀ ਇਹਦੇ ਨਮੂਨਾ ਸਾਨੂੰ ਜੈ ਪ੍ਰਕਾਸ਼ ਨਾਰਾਇਣ ਦੀ ਲਹਿਰ ਵੇਲੇ ਤਾਂ ਦੇਖਦੇ, ਜਿਹ ਤੋਂ ਬਾਅਦ ਐਮਰਜੈਂਸੀ ਲੱਗ ਗਈ ਸੀ। ਲੇਕਿਨ ਪਹਿਲੀ ਵਾਰ ਹੈ ਕਿ ਇੱਕਜੁੱਟ ਦੇਸ਼ ਦੇ ਪੈਮਾਨੇ 'ਤੇ ਇੱਕ ਲਹਿਰ ਕਿਸੇ ਜਮਾਤ ਦੀ, ਜਿਹਨੇ ਪੂਰੀਆਂ ਦੇਸ਼ ਦੀਆਂ ਵੱਖੋ ਵੱਖ ਸਮਝਾਂ ਵਾਲੀਆਂ ਤਾਕਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ, ਖਿੱਚ ਲਿਆ, ਉਹ ਪਹਿਲੀ ਵਾਰ ਇੱਕ ਕਿਸਾਨ ਲਹਿਰ ਹੈ ਜਿਹੜੀ ਕਰੋਨਾ ਲੋਕਡਾਊਨ ਦੇ ਬਾਵਜੂਦ ਵੀ, ਪਹਿਲਾਂ ਥੋੜ੍ਹੀ ਸੀ ਉਹਦੇ ਬਾਵਜੂਦ ਵੀ ਇੱਕ ਵੱਡੀ ਲਹਿਰ ਬਣੀ ਹੈ ਇਹ। ਇੱਕ ਤਾਂ ਤੁਹਾਡੇ ਨਾਲ ਇਸ ਗੱਲ 'ਤੇ ਮੈਂ ਸਹਿਮਤ ਹਾਂ। ਦੂਜੀ ਗੱਲ ਜਿਹੜੀ ਤੁਸੀਂ ਗੱਲ ਰੱਖੀ ਹੈ ਕਿ ਕਿਸਾਨ ਜਥੇਬੰਦੀਆਂ ਪਿੱਛੋਂ ਕੁਛ ਹੋਰ ਲੱਗਦਾ, ਅੱਗੋਂ ਕੁਛ ਹੋਰ ਨੇ, ਦੇਖੋ ਇਹ ਗੱਲ ਤੁਹਾਡੀ ਨਾਲ ਮੈਂ ਇੱਕ ਹੱਦ ਤੱਕ ਦੋ ਇਹਦੇ ਪਹਿਲੂ ਨੇ। ਇੱਕ ਤਾਂ ਗੱਲ ਇਹ ਹੈ ਕਿ ਕਿਸਾਨਾਂ ਦੇ ਅੰਦਰ ਜੋ ਜਥੇਬੰਦੀਆਂ ਨੇ ਉਹਨਾਂ ਦੀ ਲੀਡਰਸ਼ਿਪ, ਉਹਨਾਂ ਦੇ ਵਿਚਾਰ, ਉਹਨਾਂ ਦੀ ਜਥੇਬੰਦਕ ਬਣਤਰ 'ਤੇ ਅਗਾਂਹ ਵਧਣ ਦਾ, ਉਹ ਇਸ ਸਮਾਜ 'ਚੋਂ ਬਾਹਰ ਨਹੀਂ ਹੋ ਸਕਦਾ। ਮਤਲਬ ਕਿ ਕੋਈ 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 ਐਂ ਨਾ ਕਹਿ ਲਓ ਕੋਈ ਸਰਵ ਵਿਆਪਕ ਕੋਈ ਚੀਜ਼ ਹੈ ਜਾਂ ਕੋਈ ਅਨ ਸੁਪਰ ਨੈਚੁਰਲ ਕੋਈ ਚੀਜ਼ ਹੈ ਜਿਹਦੇ ਜਿਹੜੀਆਂ ਕਿਸਾਨ ਜਥੇਬੰਦੀਆਂ ਕੋਈ ਉਹਦੇ ਨਾਲ ਐਂ ਕਹਿ ਲਓ ਸੰਗਠਿਤ ਨੇ ਜਾਂ ਉਹਦੇ ਨਾਲ ਉਹਨਾਂ ਦੀ ਲੈਸ ਨੇ, ਇਹ ਵੀ ਇਸੇ ਸਮਾਜ ਦਾ ਹਿੱਸਾ ਨੇ। ਸਮਾਜ ਦੇ ਵਿੱਚ ਵੀ ਵਿਅਕਤੀ ਅਤੇ ਵਿਅਕਤੀਆਂ ਦਾ ਸਮੂਹ ਹੈ ਜਿਹੜਾ, ਉਹ ਬਣਦਾ ਅਤੇ ਉਹ ਟੁੱਟਦੇ ਰਹਿੰਦੇ ਨੇ, ਉਹਨਾਂ ਦੇ ਵਿੱਚ ਵਖਰੇਵੇਂ ਆਉਂਦੇ ਰਹਿੰਦੇ ਨੇ, ਇਹ ਸਮੇਂ ਨਾਲ ਘੱਟਦੇ ਅਤੇ ਵੱਧਦੇ ਰਹਿੰਦੇ ਨੇ। ਉਵੇਂ ਹੀ ਸਾਡੀਆਂ ਜਥੇਬੰਦੀਆਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਫੁੱਟ ਦੇ ਵਰਤਾਰੇ ਬਹੁਤ ਵਾਪਰੇ, ਪਰ ਜਿੱਡੇ ਵੱਡੇ ਹਮਲੇ ਪਿਛਲੇ ਦਿਨਾਂ ਤੋਂ ਹੋਏ ਕਿਸਾਨਾਂ ਦੇ ਉੱਤੇ, ਜਿੰਨਾ ਸੰਕਟ ਕਿਸਾਨਾਂ ਦਾ ਆਇਆ, ਜਿੰਨੇ ਵੱਡੇ ਪੱਧਰ 'ਤੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਜਿੰਨੇ ਵੱਡੇ ਪੱਧਰ 'ਤੇ ਕਿਸਾਨਾਂ ਨੇ ਪੈਦਾਵਾਰ ਕਰਕੇ ਦੇਸ਼ ਦੇ ਸੰਕਟ ਦੇ, ਅਨਾਜ ਦੇ ਸੰਕਟ ਨੂੰ ਹੱਲ ਕੀਤਾ, ਉਹਦੇ ਬਾਵਜੂਦ ਵੀ ਕਿਸਾਨਾਂ ਦਾ ਸੰਕਟ ਵੱਧਦਾ ਗਿਆ ਅਤੇ ਨਾਲ ਦੀ ਨਾਲ ਦੇਸ਼ ਦੇ ਪੱਧਰ 'ਤੇ ਕਿਸਾਨਾਂ ਦਾ ਆਪਸੀ ਮਿਲਣਾ ਜੁਲਣਾ, ਕਮਿਊਨੀਕੇਟ ਹੋਣਾ, ਇਹ ਵੱਧਦਾ ਵੀ ਗਿਆ। ਅਤੇ ਤੀਸਰਾ ਇਹਦੇ 'ਚ ਇੰਪੋਰਟੈਂਟ ਫੈਕਟਰ ਇਹ ਹੈ ਕਿ ਜਿਹੜੀਆਂ 80ਵਿਆਂ ਦੇ ਸ਼ੁਰੂ ਦੀਆਂ ਜਾਂ ਉਹ ਤੋਂ ਪਹਿਲਾਂ ਦੀਆਂ ਵੀ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਸੀ,
ਉਹਨਾਂ ਦੀ ਸਮਝ ਤੇ ਅੱਜ ਦੀ ਕਿਸਾਨ ਦੀ ਲੀਡਰਸ਼ਿਪ 'ਚ ਕਾਫੀ ਫਰਕ ਪੈ ਗਿਆ ਹੋਇਆ, ਬਹੁਤ ਸਾਰੀਆਂ ਹਾਰਾਂ ਦੇ ਬਾਵਜੂਦ ਤੇ ਬਹੁਤ ਸਾਰੇ ਜਿਹੜਾ ਵਿਕਾਸ ਮਾਡਲ ਖੇਤੀ ਦੇ ਵਿੱਚ ਆਇਆ ਉਹਨੇ ਕਿਸਾਨਾਂ ਦੇ ਅਕਲ ਨੂੰ ਵੀ ਕੁਆਲੀਟੇਟਿਵਲੀ ਅੱਗੇ ਵਧਾਇਆ। ਸੋ ਉਹਦੇ ਤੋਂ ਅੱਜ ਜਿਹੜਾ ਕਿਸਾਨਾਂ ਦਾ ਇਕੱਠੇ ਹੋਣ ਦਾ ਰੁਝਾਨ ਵਧਿਆ, ਬੁਨਿਆਦੀ ਤੌਰ 'ਤੇ ਮੈਂ ਸੋਚਦਾ ਕਿ ਓਬਜੈਕਟਿਵਿਟੀ ਉਹਨਾਂ ਲੋੜਾਂ ਦੇ ਵਿੱਚੋਂ ਪੈਦਾ ਹੋਈ ਹੈ ਅਤੇ ਓਬਜੈਕਟਿਵਿਟੀ ਦੇ ਵਿੱਚ ਇਹ ਇਕੱਠੇ ਹੋਣ ਦੀ ਇੱਕ ਸੱਚਾਈ ਪਈ ਸੀ ਜਿਹਦੇ ਕਰਕੇ ਕਿਸਾਨ ਇਕੱਠੇ ਹੋਣ ਲਈ ਮਜਬੂਰ ਨੇ। ਪਰ ਫਿਰ ਵੀ ਜਿਹੜੀ ਤੁਹਾਡੀ ਗੱਲ ਹੈ ਉਹਨੂੰ ਮੈਂ ਚੌਕਸੀ ਦੇ ਤੌਰ 'ਤੇ ਲੈਂਦਾ ਕਿ ਫਿਰ ਵੀ ਕਿਸਾਨਾਂ ਦੇ ਅੰਦਰ ਪੋਲੀਟੀਕਲ ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਕੁਛ ਮੈਟਰ ਹੁੰਦੀ ਹੈ ਹੋਈ ਹੈ ਜਿਹਦੇ 'ਚੋਂ ਅਸੀਂ ਕਾਫੀ ਚੌਕਸ ਹੈ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਡਾਕਟਰ ਦਰਸ਼ਪਾਲ ਵਾਪਸ ਆਊਂਗਾ। ਅੱਜ ਕਿਸਾਨ ਦੀ ਗੱਲ ਸੁਣਨੀ ਹੈ, ਬੜੇ ਧਿਆਨ ਨਾਲ ਸੁਣਨੀ ਹੈ। ਇਸ ਤੋਂ ਪਹਿਲਾਂ ਅਸੀਂ ਲਗਾਤਾਰ ਸਿਆਸਤਦਾਨਾਂ ਦੀ ਗੱਲ ਵੀ ਸੁਣਦੇ ਆਏ ਹਾਂ, ਕੇਂਦਰੀ ਮੰਤਰੀਆਂ ਤੱਕ ਨਾਲ ਅਸੀਂ ਗੱਲਬਾਤ ਕਰ ਲਈ ਹੈ, ਉਹ ਕਹਿੰਦੇ ਅਸੀਂ ਤਾਂ ਦਰਵਾਜ਼ੇ ਖੋਲ੍ਹੀ ਬੈਠੇ ਹਾਂ, ਕਿਸਾਨ ਹੈ ਜਿਹੜਾ ਉਹ ਮੀਟਿੰਗ ਕਰਨ ਲਈ ਕਿੰਨਾ ਤਿਆਰ ਹੈਗਾ। ਕਿਸਾਨ ਜਥੇਬੰਦੀਆਂ ਅਸੀਂ ਸਾਹਮਣੇ ਬਿਠਾ ਕੇ ਦੇਖ ਲਈਆਂ, ਉਹ ਕਹਿੰਦੇ ਅਸੀਂ ਹਮੇਸ਼ਾ ਹੀ ਤਿਆਰ ਬੈਠੇ ਹਾਂ। ਗੁੱਸਾ ਆ ਜਾਂਦਾ ਕਿਸਾਨਾਂ ਨੂੰ ਵੀ, ਗੁੱਸਾ ਆਉਂਦਾ ਕਿਉਂਕਿ ਜੋ ਤੁਸੀਂ ਉੱਥੇ ਬੁਲਾ ਕੇ ਉਹਨਾਂ ਨੂੰ ਜਦੋਂ ਉਹਨਾਂ ਦੀਆਂ ਮੰਗਾਂ ਤੁਸੀਂ ਨਾ ਸੁਣੋ, ਉਸ ਤਰੀਕੇ ਨਾਲ ਨਾ ਡੀਲ ਕਰੋ, ਉਹਨਾਂ ਨੂੰ ਵੀ ਗੁੱਸਾ ਹੁੰਦਾ। ਪਰ ਸਵਾਲ ਇਹ ਹੈਗਾ ਕਿ ਦਿੱਲੀ ਦੇ ਲਈ ਕਿਸਾਨਾਂ ਜਿਹੜਾ ਪਲਾਨ ਹੈਗਾ ਉਸ 'ਤੇ ਵਿਚਾਲੇ ਕੇਂਦਰ ਸਰਕਾਰ ਇਹਨਾਂ ਨੂੰ ਕੋਈ ਸੱਦਾ ਭੇਜੇ ਕਿ ਕੋਈ ਗੱਲਬਾਤ ਚੱਲ ਰਹੀ ਹੈ, ਕਿਉਂਕਿ ਸੰਵਾਦ ਨਾਲ ਮਸਲੇ ਦਾ ਹੱਲ ਨਿਕਲਣਾ। ਜੇ ਸੰਵਾਦ ਨਹੀਂ ਹੋਊਗਾ, ਗੱਲਬਾਤ 'ਤੇ ਜਿਹੜੀ ਲੀਹ ਹੈ ਜਿਹੜੀ ਉਹ ਨਹੀਂ ਤੁਰੇਗੀ ਅੱਗੇ, ਤਾਂ ਫਿਰ ਸਵਾਲ ਪੁੱਛਣੇ ਲਾਜ਼ਮੀ ਆ। ਬ੍ਰੇਕ ਤੋਂ ਵਾਪਸ ਆ ਕੇ ਫਿਰ ਪੁੱਛੂੰਗਾ। ਡਾਕਟਰ ਦਰਸ਼ਨਪਾਲ, ਮੈਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹਰਾ ਨੂੰ ਸਵਾਲ ਕਰ ਰਿਹਾ ਸੀਗਾ, ਉਹ ਕਹਿੰਦੇ ਵੀ ਜਿਹੜੇ ਤਾਂ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਇੱਛੁੱਕ ਹੈ ਕਿਸਾਨ ਆਗੂ, ਉਹ ਤਾਂ ਨਾ ਜਾਣ ਬੈਠਕ ਵਿੱਚ, ਅਸੀਂ ਉਹਨਾਂ ਨੂੰ ਸੱਦਾ ਦੇ ਦਿੰਦੇ ਹਾਂ। ਉਹ ਕਹਿੰਦੇ ਜਿਹੜੇ ਉਸ ਤੋਂ ਥੱਲੜੇ ਲੈਵਲ ਦੇ ਹੈ ਉਹ ਜਾ ਕੇ ਗੱਲ ਕਰ ਲੈਣ। ਸਰ ਤੁਸੀਂ ਵੀ ਕੋਈ ਇਹ ਲੈਵਲ ਬਣਾਏ ਹੋਏ ਆ ਵੀ ਥੱਲੜੇ ਲੈਵਲ ਦਾ ਕਿਸਾਨ ਹੋਰ ਹੈ, ਕਿਸਾਨ ਆਗੂ ਹੋਰ ਹੈ, ਉੱਪਰਲੇ ਲੈਵਲ ਦਾ ਕਿਸਾਨ ਆਗੂ ਹੋਰ ਹੈ। ਡਾਕਟਰ ਦਰਸ਼ਨਪਾਲ, ਨਹੀਂ 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 ਇਹ ਮੈਨੂੰ ਉਹਨਾਂ ਦੀ ਸਮਝ ਨਹੀਂ ਆਈ ਕਿਉਂ ਕਿਹਾ ਉਹਨਾਂ ਨੇ। ਦੇਖੋ, ਅਗਰ ਮਸਲੇ ਨੂੰ ਹੱਲ ਕਰਨਾ ਚਾਹੁੰਦੇ, ਪਹਿਲੀ ਤਾਂ ਜਿਹੜੀ ਕਹਿ ਲਓ ਵੀ ਸਪਿਰਿਟ ਹੈ ਜਿਹੜੀ ਦੋਨੋਂ ਪਾਸਿਓਂ ਬੜੀ ਸਾਫ਼ ਹੋਣੀ ਚਾਹੀਦੀ ਹੈ, ਮਨਸ਼ਾ ਸਾਫ਼ ਹੋਣੀ ਚਾਹੀਦੀ ਹੈ ਔਰ ਮਸਲੇ ਦੇ ਪ੍ਰਤੀ ਗੰਭੀਰ ਹੋਣਾ ਚਾਹੀਦਾ ਕਿ ਮਸਲਾ ਹੈ ਕਿ ਨਹੀਂ ਹੈ। ਕਿਉਂਕਿ ਕੇਂਦਰ ਸਰਕਾਰ ਨੇ ਇਹ ਤਿੰਨੋਂ ਬਿੱਲਾਂ ਨੂੰ ਲੈ ਕੇ ਆਉਣ ਤੋਂ, ਆਰਡੀਨੈਂਸ ਲੈ ਕੇ ਆਉਣ ਤੋਂ ਪਹਿਲਾਂ, ਉਹਨਾਂ ਨੂੰ ਐਕਟ ਬਣਾਉਣ ਤੋਂ ਪਹਿਲਾਂ ਕਿਸੇ ਵੀ ਦਾਨਿਸ਼ਵਰ ਲੋਕ ਨੇ, ਜਿਹੜੇ ਪੜ੍ਹੇ ਲਿਖੇ ਲੋਕ ਨੇ, ਖੇਤੀ ਦੇ ਮਾਹਰ ਨੇ, ਖੇਤੀਬਾੜੀ ਦੇ ਧੰਦੇ 'ਚ ਕੰਮ ਕਰਦੀਆਂ ਜਥੇਬੰਦੀਆਂ ਨੇ, ਵਿਰੋਧੀ ਪਾਰਟੀਆਂ ਨੇ, ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਕਿਸਾਨ ਜਥੇਬੰਦੀਆਂ ਦੀ ਕੋਈ ਮੰਗ ਨਹੀਂ ਸੀ, ਬਿਲਕੁਲ ਕੋਈ ਮੰਗ ਨਹੀਂ ਸੀ ਇਹ। ਜੇ ਖੇਤੀ ਅਰਥਸ਼ਾਸਤਰੀਆਂ ਦੀ, ਖੇਤੀਬਾੜੀ 'ਚ ਕੰਮ ਲੱਗੀਆਂ ਜਥੇਬੰਦੀਆਂ ਦੀ ਅਤੇ ਦੂਜੀਆਂ ਨਾਲ ਸੰਬੰਧਿਤ ਹੋਰ ਸਿਆਸੀ ਧਿਰਾਂ ਦੀ ਕੋਈ ਮੰਗ ਨਹੀਂ ਸੀ, ਤਾਂ ਲੈ ਕੇ ਕਿਉਂ ਆਉਂਦੇ ਗਏ? ਇਸ ਲਈ ਗੱਲਬਾਤ ਦਾ ਜਿਹੜਾ ਇਹ ਤਰੀਕਾ ਹੈ ਮਖੌਲ ਕਰਨਾ ਸੋਮ ਪ੍ਰਕਾਸ਼ ਜੀ ਵੱਲੋਂ ਕਿ ਥੱਲੇ ਵਾਲੇ ਚਲੇ ਜਾਣ, ਇਸ ਕਿਸਮ ਦੀ ਕੋਈ, ਬਲਕਿ ਸਾਨੂੰ ਲੱਗਦਾ ਕਿ ਇਹ ਜਿਹੜਾ ਇਸ ਕਿਸਮ ਦੀ ਗੱਲ ਕਰਨਾ ਇਹ ਆਪਣੇ ਆਪ 'ਚ ਗੈਰ ਸੰਜੀਦਾ ਗੱਲ ਹੈ। ਉਵੇਂ ਹੀ ਜਿਵੇਂ ਪੂਰੇ ਸੰਘਰਸ਼ ਨੂੰ ਕਦੇ ਕੋਈ ਇਹ ਕਹਿ ਦਿੰਦਾ ਜੀ ਇਹ ਤਾਂ ਵਿਚੌਲੀਏ ਕੰਮ ਕਰ ਰਹੇ ਨੇ, ਇਹ ਤਾਂ ਕਿਸਾਨ ਹੀ ਨਹੀਂ ਹੈਗੇ, ਕਿਸਾਨ ਤਾਂ ਖੇਤਾਂ 'ਚ ਨੇ, ਕਿਸਾਨ ਮੰਡੀਆਂ 'ਚ ਨੇ, ਇਹ ਤਾਂ ਕੋਈ, ਬਲਕਿ ਇਸ ਕਿਸਮ ਦੀ ਜਾਂ ਕੋਈ ਇਹਦੇ ਵਿੱਚ ਕੋਈ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਅਸਲ 'ਚ ਇਹਨਾਂ ਨੂੰ ਭੜਕਾ ਰਹੀਆਂ ਨੇ। ਦੇਖੋ, ਮੈਂ ਬੜੇ ਮਾਣ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਲਹਿਰ ਦੇ ਵਿੱਚ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਨੂੰ ਅਜੇ ਤੱਕ ਟਪਕਣ ਨਹੀਂ ਦਿੱਤਾ। ਉਹਦਾ ਕਾਰਨ ਇਹੀ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਕਿਸਾਨ ਲਹਿਰ ਲੱਗੇ, ਕਿਸਾਨ ਲਹਿਰ ਦੇ ਉੱਤੇ ਕੋਈ ਇਸ ਕਿਸਮ ਦਾ ਦੋਸ਼ ਰੋਪਣ ਨਾ ਹੋਵੇ ਵੀ ਇਹ ਤਾਂ ਸਿਆਸੀ ਧਿਰ ਹੈ ਕੋਈ ਇਹਨਾਂ ਨੂੰ ਭੜਕਾ ਰਹੀ ਹੈ। ਦੂਸਰਾ, ਕਿਸਾਨਾਂ ਦੇ ਅੰਦਰ ਅਸੀਂ ਇਹ ਚਾਹੁੰਦੇ ਇਹ ਹੈ ਕਿ ਜੇ ਕਿਸਾਨ ਲਹਿਰ ਇੱਕਜੁੱਟ ਹੋ ਕੇ ਚੱਲਦੀ ਹੈ ਤਾਂ ਲੋਕ ਉਹਦੇ ਨਾਲ ਫਿਰ ਜੁੜਦੇ ਨੇ। ਸੋ ਉਹ ਅੱਜ ਹਾਲਤ ਪੰਜਾਬ ਦੇ ਵਿੱਚ ਬਣੀ ਹੋਈ ਹੈ ਜਿਹਦੇ ਵਿੱਚ ਅਸੀਂ ਚਾਹੁੰਦੇ ਹਾਂ। ਠੀਕ ਹੈ ਡਾਕਟਰ ਦਰਸ਼ਨਪਾਲ, ਤੁਸੀਂ ਬੜੀਆਂ ਖੁੱਲ੍ਹ ਕੇ ਗੱਲਾਂ ਕਰ ਰਹੇ ਹੋ ਤੁਸੀਂ। ਡਾਕਟਰ ਦਰਸ਼ਨਪਾਲ, ਮੈਂ ਥੋੜ੍ਹਾ ਜਿਹਾ ਹੁਣ ਸਵਾਲ ਹੈ ਜਿਹੜੇ ਤੁਹਾਡੇ ਤੋਂ ਜਲਦੀ ਜਲਦੀ ਲੈਣ ਦੀ ਕੋਸ਼ਿਸ਼ ਕਰੂੰਗਾ। ਡਾਕਟਰ ਦਰਸ਼ਨਪਾਲ ਸਰ, ਮੇਰਾ ਬੜਾ ਸਧਾਰਨ ਸਵਾਲ ਹੈ, ਮੈਂ ਆਪਦੇ ਸਵਾਲ ਨੂੰ ਉਸ ਨੂੰ ਅੱਗੇ ਵਧਾ ਰਹਿਣਾ। ਪਹਿਲੇ ਸੈਗਮੈਂਟ ਦੇ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ, ਜਿਹੜੀ BKU ਉਗਰਾਹਾਂ ਹੈ ਉਹ ਸਰ ਤੁਹਾਡੇ ਨਾਲੋਂ ਵੱਖ ਕਿਉਂ ਚੱਲਦੀ ਪਈ ਹੈ? ਦੇਖੋ, ਉਹਨਾਂ ਨੇ ਪਹਿਲੇ ਦਿਨ ਤੋਂ ਹੀ ਸਾਨੂੰ ਕਿਹਾ ਸੀ ਕਿ ਅਸੀਂ ਕਿਸਾਨ ਜਥੇਬੰਦੀਆਂ ਜੋ ਫੈਸਲਾ ਕਰਨਗੀਆਂ ਅਸੀਂ ਉਸੇ ਸਮੇਂ ਆਪਣੇ ਵੱਲੋਂ ਜੋ ਸੰਭਵ ਹੋਊਗਾ ਉਹਨੂੰ ਅਸੀਂ ਉਸੇ ਐਕਸ਼ਨ ਨੂੰ ਕਰਿਆ ਕਰਾਂਗੇ। ਉਹ ਲਗਾਤਾਰ ਚੱਲਦੇ ਰਹੇ, ਲੇਕਿਨ ਜਦੋਂ ਅਸੀਂ ਬਲਕਿ ਗੱਲਬਾਤ ਕਰਨ ਤੋਂ ਪਹਿਲਾਂ 7 ਤਰੀਕ ਦੀ ਮੀਟਿੰਗ ਸੀ, ਉਹਦੇ ਤੋਂ ਇਮੀਡੀਏਟਲੀ ਬਾਅਦ ਉਹਨਾਂ ਨੇ 4 ਨਾਕੇ ਸੀ ਜਿਹੜੇ ਰੇਲਵੇ 'ਤੇ ਉਹ ਉਠਾ ਲਏ।
ਉਹਨਾਂ ਨੇ ਇੰਡੀਪੈਂਡੈਂਟਲੀ ਕਹਿਤਾ ਵੀ ਅਸੀਂ ਕੇਂਦਰ ਦਾ ਜਿਹੜਾ ਨਿਯੁਕਤ ਹੈ ਉਹ ਅਸੀਂ ਐਕਸੈਪਟ ਕਰ ਲਿਆ ਇਕੱਲਿਆਂ ਨੇ, ਤੇ ਨਾਲੇ ਕਹਿਤਾ ਵੀ 31 ਜਥੇਬੰਦੀਆਂ ਨੇ ਨਾਲ ਸਾਡਾ ਨਾਤਾ ਨਹੀਂ ਕੋਈ। ਹੁਣ ਉਹ ਜਵਾਬ ਦੇਣ ਕਿਉਂ ਐਂ ਕਰ ਰਹੇ ਨੇ? ਸਾਡੇ ਵੱਲੋਂ ਹਮੇਸ਼ਾ ਰਹੀ ਹੈ, ਅੱਜ ਵੀ ਹੈ, ਕੱਲ੍ਹ ਨੂੰ ਵੀ ਰਹੂਗੀ ਕਿ ਆਪਾਂ ਜੇ ਅਸੀਂ 30 ਜਥੇਬੰਦੀਆਂ ਤੁਸੀਂ 31ਵੇਂ ਆਓ, ਅਸੀਂ ਮਤਲਬ ਕਿ ਇੱਕ ਮੋਰਚੇ ਦੇ ਵਿੱਚ ਇਕੱਠੇ ਹੋ ਕੇ ਚੱਲਣਾ ਚਾਹੁੰਦੇ ਹਾਂ। ਇੱਕੋ ਸਾਡਾ ਮੋਟਿਵ ਹੈ, 4 ਕਾਨੂੰਨ ਨੇ, 3 ਕਾਨੂੰਨ, 1 ਬਿਜਲੀ ਬਿੱਲ, 4 ਚੀਜ਼ਾਂ ਨੇ, ਨਿਸ਼ਾਨੇ 4 ਨੇ। 4 ਨਿਸ਼ਾਨੇ ਕੀ ਹੈ? ਬੀਜੇਪੀ, ਕੇਂਦਰ ਸਰਕਾਰ, ਕਾਰਪੋਰੇਟ ਤੇ ਅਲਾਈਡ ਫੋਰਸ ਐਂਡ ਦੀ ਜਿਹੜੀ ਅਦਰ ਫੋਰਸ ਨੇ। ਸੋ ਸਾਡੇ ਸਾਰਿਆਂ ਦੇ ਕਾਮਨ ਨੇ, ਉਹ ਪਤਾ ਨਹੀਂ ਕਿਉਂ ਵੱਖਰੇ ਤੌਰ ਤੇ ਕੋਈ ਕਰਦੇ ਨੇ। ਡਾਕਟਰ ਦਰਸ਼ਨਪਾਲ, ਮੇਰਾ ਸਵਾਲ ਇਸ ਕਰਕੇ ਸੀਗਾ ਕਿ ਇਉਂ ਲੱਗਦਾ ਪਿਆ ਕਿ ਉਗਰਾਹਾਂ ਜਿਹੜਾ ਧਿਰ ਹੈਗੀ ਆ, ਜਿਹੜੇ ਫੈਸਲੇ ਉਹ ਕਰਦੀ ਪਈ, ਤੁਸੀਂ ਉਸ ਦੇ ਪਿੱਛੇ ਤੁਰ ਪੈਂਦੇ ਹੋ। ਨਾ ਨਾ, ਬਿਲਕੁਲ ਗਲਤ। ਅਸੀਂ ਦੇਖੋ ਇਹਨਾਂ ਮੁੱਦਿਆਂ ਦੇ ਉੱਤੇ ਲਗਾਤਾਰ ਲੜ ਰਹੇ ਸੀ, ਉਹਨਾਂ ਨੇ ਆਪ ਸਾਨੂੰ ਪ੍ਰਪੋਜ਼ਲ ਦਿੱਤੀ, ਬਲਕਿ ਸੁਣੋ ਮੇਰੀ ਗੱਲ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਸਿੰਪਲ ਕੇਂਦਰ ਸਰਕਾਰ ਤੇ ਕਾਨੂੰਨਾਂ ਵਾਲਾ ਜਿਹੜਾ ਟਾਰਗੇਟ ਹੈ ਉਹਦੇ ਵਿੱਚ ਉਹਨਾਂ ਨੇ ਮਿਕਸ ਕਰਕੇ ਸਗੋਂ ਦੂਜੇ ਲੈਣ ਦੇ ਜਿਹੜੇ ਕਿ ਪੰਜਾਬ ਸਰਕਾਰ ਨਾਲ ਸੰਬੰਧਿਤ ਸੀ, ਹੁਣ ਵੀ ਕੁਛ ਇਸ ਕਿਸਮ ਦੇ ਮੁੱਦੇ ਲੈਣ ਦੇ, ਕੇਸਾਂ ਦੇ, ਪਾਵਰ ਪਲਾਂਟ ਦਾ, ਜਿਹੜੇ ਕਿ ਲੋਕਲ ਗਵਰਨਮੈਂਟ ਨਾਲ ਸੰਬੰਧਿਤ ਨੇ। ਇਹਦੇ ਨਾਲ ਸਾਡੀ ਸਗੋਂ ਮੂਵਮੈਂਟ ਦੇ ਵਿੱਚ ਭੁਲੇਖਾ, ਲੋਕਾਂ ਦੇ ਵਿੱਚ ਕਨਫਿਊਜ਼ਨ, ਜਥੇਬੰਦੀਆਂ ਵਿੱਚ ਡਿਸਯੂਨਿਟੀ ਦਿਖਦੀ ਹੈ। ਸਾਡਾ ਸਾਹਮਣੇ ਜਿਹੜਾ ਟਾਰਗੇਟ ਹੈ ਕੇਂਦਰ ਸਰਕਾਰ ਤੇ 4 ਬਿੱਲ ਨੇ ਜਿਹੜੇ, ਉਹਦੇ ਨਾਲ ਉਹ ਡਿਲਿਊਸ਼ਨ ਹੁੰਦੀ ਹੈ, ਡਾਇਵਰਸ਼ਨ ਹੁੰਦੀ ਹੈ, ਜਿਹੜੀ ਕਿ ਅਸੀਂ ਬਹੁਤ ਮੰਦਭਾਗੀ ਸਮਝਦੇ ਹਾਂ, ਜਿਹੜੀ ਆਉਣ ਵਾਲੇ ਸਮੇਂ 'ਚ ਜਿਹਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਨਾਲ ਡਿਸਕਸ਼ਨ ਕਰਕੇ, ਡਿਬੇਟ ਕਰਕੇ, ਸਮਝ ਸਮਝਾ ਕੇ। ਉਸੇ ਡਿਲਿਊਸ਼ਨ ਦੇ ਕਰਕੇ ਮੇਰਾ ਸਵਾਲ ਹੈ ਦਰਸ਼ਨਪਾਲ ਜੀ, ਕਿ ਉਹ ਕੇਂਦਰ ਸਰਕਾਰ ਨੂੰ ਘੱਟ ਫੋਕਸ ਕਰਦੇ ਪਏ ਆ ਅਤੇ ਸੂਬਾ ਸਰਕਾਰ ਨੂੰ ਜ਼ਿਆਦਾ ਕਰਦੇ ਪਏ, ਤੁਹਾਡਾ ਫੋਕਸ ਹੀ ਕੇਂਦਰ ਸਰਕਾਰ ਹੈ? ਹਾਂ ਦੇਖੋ, ਅਸੀਂ ਜਦੋਂ ਚੱਲੇ ਸੀ, ਕੱਲ੍ਹ ਵੀ ਦਿੱਲੀ ਦੀ ਮੀਟਿੰਗ ਦੇ ਵਿੱਚ ਬੜਾ ਕਲੀਅਰ ਕੱਟ ਇਹ ਹੋਇਆ ਵੀ ਆਪਣਾ ਆਹ ਨਿਸ਼ਾਨਾ, ਆਹ ਆਪਣੇ ਟਾਰਗੇਟ ਨੇ ਜਿਹਦੇ 'ਤੇ ਆਪਾਂ ਅਸਲ 'ਚ ਫੋਕਸ ਕਰਨਾ। ਪੰਜਾਬ ਦੇ ਵਿੱਚ ਵੀ ਦੇਖੋ ਤੁਸੀਂ, ਜਦੋਂ ਸ਼ੁਰੂ ਹੋਇਆ ਉਦੋਂ ਟ੍ਰੇਨਾਂ ਦਾ ਚਾਹੇ ਰੋਕਿਆ ਗਿਆ, ਚਾਹੇ ਉਹਨਾਂ ਦੇ MLA MPਾਂ ਨੂੰ ਜਾ ਕੇ ਮੰਗ ਪੱਤਰ ਦਿੱਤੇ ਗਏ, ਟਰੈਕਟਰ ਮਾਰਚ ਕੀਤੇ ਗਏ, ਮੋਟਰਸਾਈਕਲ ਮਾਰਚ ਕੀਤੇ ਗਏ, ਉਹਨਾਂ ਦੇ ਘਰੋ ਦਾ ਸੱਦਾ ਦਿੱਤਾ ਗਿਆ, ਧਰਨੇ ਲਾਏ ਗਏ, ਕਾਰਪੋਰੇਟ ਦੇ ਜਿਹੜੇ ਹਾਊਸਿਸ ਨੇ ਉਹਨਾਂ ਦੇ ਮੁਜ਼ਾਹਰੇ ਕੀਤੇ ਗਏ, ਅਕਾਲੀ ਦਲ ਦੇ ਖਿਲਾਫ਼ ਬੋਲਿਆ ਗਿਆ, ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ NDA ਨੂੰ ਛੱਡੇ, ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ। ਸੋ ਜੇ ਸਾਡਾ ਫੋਕਸ ਟਾਰਗੇਟ ਨਾ ਹੁੰਦਾ KP ਜੀ, ਤਾਂ ਇਹ ਸਾਡੇ ਕੋਲੋਂ ਅਚੀਵਮੈਂਟ ਨਹੀਂ ਸੀ ਹੋਣੀ। ਇਹ ਅਚੀਵਮੈਂਟ ਹੀ ਤਾਂ ਹੋ ਸਕੀ ਹੈ ਕਿ ਅਸੀਂ ਆਪਣਾ ਨਿਸ਼ਾਨਾ ਬਿਲਕੁਲ ਉਵੇਂ ਜਿਵੇਂ ਮੱਛੀ ਦੀ ਅੱਖ ਦਿਖਦੀ ਸੀ ਆਪਣੇ ਰਾਮਚੰਦਰ ਨੂੰ, ਉਵੇਂ ਅਸੀਂ ਨਿਸ਼ਾਨਾ ਫੋਕਸ ਰੱਖਿਆ, ਤਾਂ ਅਸੀਂ ਇਹ ਪ੍ਰਾਪਤੀ ਪੰਜਾਬ 'ਚ ਕਰ ਸਕੇ ਹਾਂ। ਤੇ ਜੇ ਅਸੀਂ ਭਟਕਦੇ ਰਹਿੰਦੇ, ਕਦੇ ਪੰਜਾਬ ਸਰਕਾਰ, ਕਦੇ ਕੇਂਦਰ ਸਰਕਾਰ, ਕਦੇ ਕੁਛ ਕਦੇ ਕੁਛ, ਇਹ ਸਾਡੀ ਅਚੀਵਮੈਂਟ ਨਹੀਂ ਸੀ ਹੋਣੀ। ਡਾਕਟਰ ਸਾਹਿਬ, ਸਵਾਲ ਇਸ ਕਰਕੇ ਸੀਗਾ ਕਿ ਜੇ UP ਦੇ ਵਿੱਚ ਸਵਾਲ ਕੀਤਾ ਜਾ ਰਿਹਾ ਟਕੈਤ ਧੜੇ ਦਾ, ਤੁਹਾਡੇ ਤੋਂ ਕੱਲ੍ਹ ਵੀ ਸਵਾਲ ਹੋਇਆ ਹੋਊਗਾ ਜੋ ਤੁਸੀਂ ਉੱਥੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਇਹ ਸਵਾਲ ਇੱਥੇ ਵੀ ਇਸ ਕਰਕੇ ਕੀਤਾ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋਣੀਆਂ ਚਾਹੀਦੀਆਂ, ਇਸ ਕਰਕੇ ਸਵਾਲ ਕੀਤਾ ਜਾ ਰਿਹਾ ਹੈ। ਕੋਈ ਜ਼ਿਆਦਾ ਵੱਡਾ ਮਸਲਾ ਨਹੀਂ ਹੈ ਇਹ, ਮਸਲਾ ਇਸ ਕਰਕੇ ਹੈ ਕਿਉਂਕਿ ਗਰਾਊਂਡ 'ਤੇ ਇਹਨਾਂ ਜਥੇਬੰਦੀਆਂ ਦੀ ਪਹੁੰਚ ਬਹੁਤ ਜ਼ਿਆਦਾ। ਦਰਸ਼ਨਪਾਲ ਜੀ, ਤੁਸੀਂ ਬਖੂਬੀ ਜਾਣਦੇ ਹੋ ਇਸ ਚੀਜ਼ ਨੂੰ, ਜੇ ਤੁਹਾਡੇ ਨਾਲ ਬਾਕੀ ਧੜੇ ਜੁੜੇ ਹੋਏ ਆ, ਜੇ 30 ਕਿਸਾਨ ਜਥੇਬੰਦੀਆਂ ਗੱਲ ਕਰਾਂ, ਉਹ ਗਰਾਹਾਂ ਨੂੰ ਪਾਸੇ ਰੱਖ ਕੇ ਜੇ ਗੱਲ ਕੀਤੀ ਜਾਵੇ, ਡਕੌਂਦਾ, ਸਿੱਧੂਪੁਰ, ਇਹਨਾਂ ਦੀ ਸਰ ਜ਼ਮੀਨ 'ਤੇ ਪਕੜ ਜ਼ਿਆਦਾ ਲੱਗਦੀ ਹੈ। ਡਾਕਟਰ ਦਰਸ਼ਨਪਾਲ, ਨਹੀਂ, ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਸਾਡੀਆਂ 30 ਜਥੇਬੰਦੀਆਂ ਦਾ ਜਿਹੜਾ ਏਕਤਾ ਹੈ ਉਹਨੇ ਪੂਰੇ ਪੰਜਾਬ ਦੀ, ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਪੰਜਾਬ ਮਾਡਲ ਆਇਆ ਕਿੱਥੋਂ ਹੈ, ਜੇ ਸਾਡਾ ਨਿਸ਼ਾਨਾ ਸਿਹਤ ਨਾ ਹੁੰਦਾ ਅਸੀਂ ਇਕੱਠੇ ਨਾ ਹੁੰਦੇ, ਨਹੀਂ ਸੀ ਬਣਨਾ ਇਹਨੇ। ਸਿਮੀਲਰਲੀ ਪੰਜਾਬ ਮਾਡਲ ਦੀ ਜਿਹੜੀ ਗੱਲ ਆ ਰਹੀ ਆ, ਪੂਰੇ ਦੇਸ਼ ਦੀਆਂ ਜਥੇਬੰਦੀਆਂ ਇਕੱਠੇ ਹੋ ਕੇ ਕੱਲ ਮਤਲਬ ਕਿ ਇਤਿਹਾਸਕ ਈਵੈਂਟ ਵਾਪਰੀ ਹੈ ਕਿ ਰਾਜੇਵਾਲ, ਗੁਰਨਾਮ ਸਿੰਘ ਤੇ ਅਸੀਂ, BM ਸਿੰਘ ਤੇ ਸਾਡੇ, ਯੋਗਿੰਦਰ ਯਾਦਵ ਵਗੈਰਾ, ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ 350 ਦੇ ਕਰੀਬ ਨੇ ਇਕੱਠੇ ਹੋ ਕੇ ਇੱਕ ਮੰਚ ਬਣਿਆ। ਆਉਣ ਵਾਲੇ ਦੇਖੋ, ਮੈਂ ਕਹਿੰਦਾ ਕਿ ਹਾਕਮ ਜਮਾਤਾਂ, ਰੂਲਿੰਗ ਪਾਰਟੀ ਜਿਹੜੀ ਹੁੰਦੀ ਹੈ, ਆਪਣੇ ਵੱਖੋ ਵੱਖ ਸਾਧਨਾਂ ਰਾਹੀਂ, ਵੱਖੋ ਵੱਖ ਤਰੀਕਿਆਂ ਰਾਹੀਂ ਕੁਛ ਵਿਅਕਤੀਆਂ ਨੂੰ ਕੋਈ ਨਾ ਕੋਈ ਲਾਲਚ ਦੇ ਕੇ, ਡਰਾ ਕੇ, ਦਬਕਾ ਕੇ, ਕੁਛ ਵੀ ਤਰੀਕੇ ਨਾਲ ਆਪਣੇ ਨਾਲ ਰੱਖਦੇ ਨੇ, ਹਮੇਸ਼ਾ ਰੱਖਦੇ ਆਏ ਨੇ, ਰਾਜੇ ਵੀ ਰੱਖਦੇ ਆਏ ਨੇ, ਅੰਗਰੇਜ਼ ਵੀ ਰੱਖਦੇ ਆਏ ਨੇ ਤੇ ਹੁਣ ਵੀ ਰੱਖਦੇ ਨੇ। ਸੋ ਜਿਹੜੀ ਜਥੇਬੰਦੀ ਜਾਂ ਜਥੇਬੰਦੀ ਦਾ ਲੀਡਰ ਅੱਜ BJP ਦਾ ਗੁਣਗਾਨ ਕਰੂਗਾ, ਕਾਨੂੰਨਾਂ ਨੂੰ ਠੀਕ ਮੰਨੂਗਾ, ਜਿਹੜੇ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਹਾਂ ਉਹ ਸਾਡੇ ਮੋਰਚੇ 'ਚ ਨਹੀਂ ਆਊਗਾ, ਚਾਹੇ ਟਕੈਤ ਸਾਹਿਬ ਨੇ, ਟਕੈਤ ਸਾਹਿਬ ਉੱਪਰੋਂ, ਟਕੈਤ ਸਾਹਿਬ ਦਾ ਜਿਹੜਾ ਧੜਾ ਲੱਖੋਵਾਲ ਸੀ ਇੱਥੇ, ਉਹਨਾਂ ਨੇ ਸਾਨੂੰ ਬਿਨਾਂ ਦੱਸੇ ਤੋਂ ਜਾ ਕੇ ਸੁਪਰੀਮ ਕੋਰਟ 'ਚ ਜਾ ਕੇ ਪਟੀਸ਼ਨ ਪਾਤੀ, ਉਹਨਾਂ ਨੂੰ ਭੁਗਤਣਾ ਪਿਆ ਇਹਦਾ ਖਮਿਆਜ਼ਾ। ਸੋ ਇਸ ਕਰਕੇ ਰਕੇਸ਼ ਟਕੈਤ ਨੂੰ ਵੀ ਖਮਿਆਜ਼ਾ UP ਦੇ ਵਿੱਚ ਭੁਗਤਣਾ ਪੈ ਰਿਹਾ। ਜਿੱਦਣ ਸਾਡਾ ਬੰਦ ਦਾ ਸੱਦਾ ਸੀ ਉਹ ਜਾ ਕੇ ਮੁੱਖ ਮੰਤਰੀ ਅਦਿੱਤਿਆਨਾਥ ਕੋਲ, ਯੋਗੀ ਜੀ ਕੋਲ ਬੈਠੇ ਸੀਗੇ। ਸੋ ਇਹ ਜਿਹੜਾ ਇਹੋ ਜਿਹੇ ਜਿਹੜੀਆਂ ਜਥੇਬੰਦੀਆਂ ਹੋਣਗੀਆਂ, ਜੇ ਚਾਹੇ ਉਹ ਮੌਕਾ ਪ੍ਰਸਤ ਨੇ,
ਚਾਹੇ ਉਹ ਕਿਸਾਨਾਂ ਦੇ ਪੱਖ 'ਚ ਹੋ ਕਹਿ ਕੇ ਕਿਸਾਨਾਂ ਦੀ ਪਿੱਠ 'ਚ ਛੁਰਾ ਖੋਭਦੀਆਂ ਨੇ, ਚਾਹੇ ਕਿਸੇ ਲਾਲਚ 'ਚ ਆਉਂਦੇ ਨੇ ਉਹ, ਉਹਨਾਂ ਦਾ ਕਿਸਾਨ ਜਥੇਬੰਦੀਆਂ ਦਾ ਉਹਨਾਂ ਦੇ ਏਕਤਾ ਦੇ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ, ਨਾ ਰਹੇਗਾ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ ਡਾਕਟਰ ਸਾਹਿਬ, ਮੈਂ ਵਾਪਸ ਆ ਰਿਹਾ। ਕਈ ਸਵਾਲ ਇਹੋ ਜਿਹੇ ਹੋਣਗੇ ਜਿਹੜੇ ਸਵਾਲ ਕਿਸਾਨ ਜਥੇਬੰਦੀਆਂ ਨੂੰ ਵੀ ਲੱਗ ਸਕਦਾ ਕਿ ਕੌੜੇ ਸਵਾਲ ਹੈ, ਪਰ ਕੌੜੇ ਸਵਾਲ ਪੁੱਛਣੇ ਪੈਣਗੇ। ਜੇ ਅੱਜ ਨਾ ਪੁੱਛੇ ਫਿਰ ਤੁਸੀਂ ਸਾਨੂੰ ਕਹੋਗੇ ਇਹਨਾਂ ਨੂੰ ਤੁਸੀਂ ਉਦੋਂ ਕਿਉਂ ਨਹੀਂ ਪੁੱਛਿਆ ਸੀ, ਇਸੇ ਲਈ ਪੁੱਛ ਰਿਹਾ, ਵਾਪਸ ਆ ਕੇ ਫਿਰ ਪੁੱਛੂੰਗਾ। ਸਰ, ਕੇਂਦਰ ਸਰਕਾਰ ਵੱਲੋਂ ਕੋਈ ਇਹੋ ਜਿਹੀ ਹਿਲਜੁਲ ਤੁਹਾਨੂੰ ਦੇਖਣ ਨੂੰ ਮਿਲੀ ਹੈ ਕਿ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਫਿਰ ਤਿਆਰ ਨੇ, ਜਾਂ ਸਿਰਫ ਸਾਡੇ ਕੋਲ ਹੀ ਇਹ ਕੈਮਰਿਆਂ ਅੱਗੇ ਹੀ ਕਿਹਾ ਜਾਂਦਾ, ਇਸ ਤੋਂ ਇਲਾਵਾ ਧਰਾਤਲ 'ਤੇ ਕੁਛ ਨਹੀਂ ਹੈਗਾ? ਨਹੀਂ, ਦੇਖੋ ਹਾਲੇ ਤੱਕ ਉਸ ਗੱਲਬਾਤ ਜਿਹੜੀ ਫੇਲ ਹੋ ਗਈ ਉਹਦੇ ਤੋਂ ਬਾਅਦ ਇਸ ਕਿਸਮ ਦਾ ਕੁਛ ਕਈ ਇੱਥੇ ਬੀਜੇਪੀ ਦੇ ਆਗੂਆਂ ਵੱਲੋਂ ਆਇਆ ਵੀ ਮੈਂ ਚਲੋ ਤੁਹਾਨੂੰ ਲੈ ਜਾਂਦਾ ਜੀ ਉੱਥੇ ਮੰਤਰੀ ਸਾਹਿਬ ਨੂੰ ਮਿਲਾਵਾਂਗਾ, ਲੇਕਿਨ ਉਹ ਬੜੀਆਂ ਨਾ ਗੈਰ ਜ਼ਿੰਮੇਵਾਰ ਚੀਜ਼ਾਂ ਹੁੰਦੀਆਂ ਨੇ, ਉਹਦੇ 'ਚ ਅਸੀਂ ਫਿਰ ਫਸਣਾ ਨਹੀਂ ਚਾਹੁੰਦੇ। ਪਹਿਲਾਂ ਕਿਉਂਕਿ ਸੈਂਟਰ ਗਵਰਨਮੈਂਟ ਦੇ ਅਧਿਕਾਰੀਆਂ ਵੱਲੋਂ ਆਇਆ ਸੀ ਸਾਨੂੰ ਸੱਦਾ ਪੱਤਰ, ਅਸੀਂ ਉਹਨੂੰ ਵਾਜਬ ਸਮਝ ਕੇ ਚਲੇ ਗਏ ਵੀ ਜੇ ਹੁਣ ਨਾ ਸੀਗੇ ਤਾਂ ਸਾਡੇ 'ਤੇ ਦੋਸ਼ ਲੱਗੂਗਾ ਵੀ ਇਹ ਤਾਂ ਗੱਲਬਾਤ ਕਰਨਾ ਨਹੀਂ ਚਾਹੁੰਦੇ। ਸੋ ਸਾਡਾ ਜਾਣਾ ਉਦੋਂ ਬਹੁਤ ਜ਼ਰੂਰੀ ਸੀ, ਅਸੀਂ ਇੱਕ ਜੈਸਚਰ ਐਸਾ ਲਿਆ ਸੀ ਜਿਹਦੇ 'ਚ ਲੋਕਾਂ ਅਤੇ ਆਮ ਕਿਸਾਨਾਂ ਨੂੰ ਇਹ ਲੱਗੇ ਰਿਸਪੋਂਸੀਬਲ ਲੀਡਰਸ਼ਿਪ ਹੈ, ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਸਾਨੂੰ ਕੋਈ ਇਸ ਕਿਸਮ ਦਾ, ਮਤਲਬ ਕਿ ਬੜੀ ਸਾਸ਼ੀ ਜੀ ਚੁੱਪ ਹੈ, ਸਾਨੂੰ ਕੋਈ ਇਸ ਕਿਸਮ ਦਾ ਹਾਲੇ ਸੱਦਾ ਪੱਤਰ ਜਾਂ ਕੋਈ ਇਸ ਕਿਸਮ ਦਾ। ਡਾਕਟਰ ਸਿੰਪਾਲ, ਤੁਹਾਡੇ ਇਸ ਵਤੀਰੇ ਨੂੰ ਲੈ ਕੇ ਜਿਹੜੀਆਂ ਤੁਹਾਡੇ ਵਿਰੋਧੀ ਹੈਗੇ ਆ, ਉਹ ਵਿਰੋਧੀ ਬਹੁਤ ਘੱਟ ਹੈ, ਪਰ ਉਹ ਪ੍ਰਚਾਰ ਇਸ ਤਰੀਕੇ ਨਾਲ ਰਹੇ ਹੈ ਕਿ ਤੁਹਾਡੇ 'ਚ ਹਉਮੈ ਬਹੁਤ ਹੈ, ਇਹਦਾ ਕੀ ਜਵਾਬ ਦਿਓਗੇ ਸਰ? ਨਹੀਂ ਨਹੀਂ, ਹਉਮੈ ਤਾਂ ਦੇਖੋ ਹਉਮੈ ਸਾਡੇ 'ਚ ਤਾਂ ਹੋਵੇ ਜੇ ਹਉਮੈ ਨੇ ਤਾਂ ਸਾਡੀਆਂ ਜਥੇਬੰਦੀਆਂ ਨੂੰ ਅੱਡ ਅੱਡ ਖੰਡਾਇਆ, ਪਹਿਲੀ ਗੱਲ ਦੱਸਾਂ ਤੁਹਾਨੂੰ, ਉਹ ਹਉਮੈ 'ਚੋਂ ਨਿਕਲ ਕੇ ਘਟਾ ਕੇ ਛੱਡ ਕੇ ਲੋਕ ਇਕੱਠੇ ਹੋਏ ਨੇ, ਇੱਕ ਗੱਲ। ਦੂਜੀ ਗੱਲ, ਹਉਮੈ ਉਦੋਂ ਪਤਾ ਲੱਗਦੀ ਹੁੰਦੀ ਹੈ ਜਦੋਂ ਉਹ ਕੋਈ ਐਕਟੀਵਿਟੀ ਇਸ ਕਿਸਮ ਦੀ ਕਰਦੇ ਨੇ। ਮੈਨੂੰ ਇਹ ਲੱਗਦਾ ਨਹੀਂ ਕਿ ਅਸੀਂ ਆਪਣੇ ਕਿਸਾਨਾਂ ਦੀ ਐਕਟੀਵਿਟੀ ਕਰਦੇ ਹੋਏ ਵਿਅਕਤੀਗਤਵਾਦ ਆ ਜਿਹੜਾ ਹਉਮੈ 'ਚੋਂ ਨਿਕਲਦਾ ਹੁੰਦਾ, ਅਸੀਂ ਵੱਧ ਤੋਂ ਵੱਧ ਮਾਸਸ ਨੇ ਜਿਹੜੇ ਉਹਨਾਂ ਨੂੰ ਰੈਲੀ ਰਾਊਂਡ ਕੀਤਾ ਆਪਣੇ ਦੁਆਲੇ। ਇਸ ਕਰਕੇ ਜਿਹੜਾ ਅੱਜ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕ ਇਕੱਠੇ ਹੋਏ ਨੇ, ਪੰਜਾਬ ਦਾ ਯੂਥ ਇਕੱਠਾ ਹੋਇਆ, ਪੰਜਾਬ ਦੇ ਅੱਡੋ ਅੱਡ ਤਬਕੇ ਅਤੇ ਸਿਆਸੀ ਧਿਰਾਂ ਵੀ ਇਕੱਠੀਆਂ ਹੋਈਆਂ ਨੇ ਇਹਨਾਂ ਦੇ ਨਾਲ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ 115 MLA ਜਾ ਕੇ ਇਕੱਠੇ ਗਵਰਨਰ ਨੂੰ ਮਿਲਦੇ ਨੇ ਕਿ ਉਹ ਪੂਰੇ ਪੰਜਾਬ ਇੱਕਜੁੱਟ ਦਾ ਰਿਫਲੈਕਸ਼ਨ ਨਹੀਂ ਆਉਂਦੀ ਉਹਦੇ 'ਚੋਂ, ਪੂਰੇ ਪੰਜਾਬ ਦੇ ਕਲਾਕਾਰ, ਪੱਤਰਕਾਰ, ਲੇਖਕ, ਕਵੀ ਨੇ ਜਿਹੜੇ, ਉਹ ਸਾਰੇ ਕਿਸਾਨਾਂ ਦੇ ਹੱਕ 'ਚ ਕਿਉਂ ਨੇ? ਅਗਰ ਇਹ ਹਉਮੈ ਦੇ ਸ਼ਿਕਾਰ ਹੋਣ, ਅਗਰ ਉਸ ਕਿਸਮ ਦੇ ਹੋਣ, ਤਾਂ ਇਹ ਕੱਲ੍ਹ ਅੱਜ ਨੂੰ ਖਿੰਡ ਜਾਂਦੇ ਕਦੋਂ ਦੇ? ਸੋ ਇਹਦੇ ਵਿੱਚ ਇੱਕ ਤੁਹਾਨੂੰ ਦੱਸਾਂ ਕਿ ਇਹ ਕਿਸੇ ਵੇਲੇ ਹੋ ਸਕਦਾ ਕਿ ਕਿਸੇ ਵਿਅਕਤੀ ਦੇ ਅੰਦਰ ਹਉਮੈ ਹੋਵੇ, ਕਿਸੇ 'ਚ ਪਹਿਲਾਂ ਹੋਵੇ, ਲੇਕਿਨ ਅੱਜ ਦੀ ਪ੍ਰਸਥਿਤੀ ਦੇ ਵਿੱਚ ਮੈਂ ਕਹਿੰਦਾ, ਮੈਂ ਨਹੀਂ ਕਹਿੰਦਾ ਕਿ ਇਹਦੇ ਤੋਂ ਸਾਰੇ ਸੁਰਖਰੂ ਨੇ, ਹੋ ਸਕਦਾ ਕਿਸੇ 'ਚ ਹੋਵੇ, ਲੇਕਿਨ ਅੱਜ ਜਿਹੜਾ ਭਾਰੂ ਪੱਖ ਹੈ ਉਹ ਹਉਮੈ ਤੋਂ ਬਾਹਰ ਵਾਲਾ ਹੈ, ਕੋਲੈਕਟਿਵਨੈਸ ਦਾ, ਡੈਮੋਕਰੇਟਿਕ ਤਰੀਕੇ ਨਾਲ ਫੈਸਲੇ ਲਏ ਜਾਂਦੇ ਨੇ। ਇੱਕ ਵੀ ਫੈਸਲਾ ਕੋਈ ਵਿਅਕਤੀ ਹੈ ਜਿਹੜਾ ਆਪਣੀ ਜਥੇਬੰਦੀ ਦੇ ਵਿੱਚ ਵੀ ਨਹੀਂ ਠੋਕ ਸਕਦਾ, ਇਹ ਤਾਂ ਸਾਂਝਾ ਮੋਰਚਾ ਫਿਰ। ਸੋ ਉਸ ਪ੍ਰਸੰਗ ਦੇ ਵਿੱਚ ਜਦੋਂ ਵਿਅਕਤੀਵਾਦੀ ਇੱਕ ਪਹੁੰਚ ਬਣ ਜਾਂਦੀ ਹੈ, ਉਹਨੂੰ ਹਉਮੈ ਵੀ, ਉਹ ਇੱਕ ਡਿਕਟੇਟਰਸ਼ਿਪ ਵੀ, ਆਟੋਕ੍ਰੇਟਿਕ ਵੀ ਹੋ ਜਾਂਦਾ। ਉਹੋ ਜਿਹਾ ਕੁਛ ਸਾਡੀਆਂ ਜਥੇਬੰਦੀਆਂ ਦੇ ਵਿੱਚ ਇਸ ਰੂਪ ਦਾ ਨਹੀਂ ਦਿਖਾਈ ਦੇ ਰਿਹਾ। ਤੁਹਾਡੇ ਜਥੇਬੰਦੀ ਦੇ ਵਿੱਚ ਜਿਹੜਾ ਵੀ ਕੋਈ ਸਿਆਸਤ ਤੋਂ ਪਾਸੇ ਕੋਈ ਗਾਇਕ ਜਾਂ ਗੀਤਕਾਰ ਜਾਂ ਕੋਈ ਹੋਰ ਸਮਾਜ ਸੇਵੀ ਜਿੰਨੇ ਵੀ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਹੈ, ਤੁਹਾਡੀ ਉਹਦੇ ਨਾਲ ਨੇੜਤਾ ਕਿਉਂ ਨਹੀਂ ਬਣ ਪਾਈ? ਨਹੀਂ, ਮੈਨੂੰ ਨਹੀਂ ਲੱਗਦਾ। ਦੇਖੋ, ਸਾਡੀ ਜਥੇਬੰਦੀਆਂ ਦੇ ਅੰਦਰ ਤਕਰੀਬਨ ਜਿੰਨੇ ਵੀ ਪੰਜਾਬ ਦੇ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿੰਨੇ ਵੀ ਇਕੋਨੋਮਿਸਟ ਨੇ, ਜਿੰਨੇ ਵੀ ਆਰਟਿਸਟ ਨੇ, ਉਹਨਾਂ ਨੇ ਬਕਾਇਦਾ ਸਾਡੇ ਹੱਕ ਦੇ ਵਿੱਚ ਮਤੇ ਪਾਏ ਨੇ। ਬਹੁਤ ਸਾਰੇ ਆਰਟਿਸਟ ਸਾਡੇ ਨਾਲ ਆ ਕੇ ਧਰਨਿਆਂ 'ਤੇ ਬੈਠੇ ਨੇ, ਜਾ ਰਹੇ ਨੇ ਧਰਨਿਆਂ ਦੇ ਅੰਦਰ। ਲੇਕਿਨ ਇਹ ਗੱਲ ਤਾਂ ਪੱਕੀ ਹੈ ਨਾ ਕਿ ਜਥੇਬੰਦਕ ਇੱਕਜੁੱਟ ਤਾਂ ਇੱਕ ਡਿਫਰੈਂਟ ਚੀਜ਼ ਹੈ। ਜਥੇਬੰਦਕ ਇੱਕਜੁੱਟਤਾ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਲਗਾਤਾਰ ਲੰਬੇ ਸਮੇਂ ਤੋਂ ਇੱਕ ਤਜਰਬੇ ਦੇ ਵਿੱਚ ਐਕਸਪੀਰੀਅੰਸ ਹੋ ਜਾਂਦਾ ਉਹਨਾਂ ਦਾ, ਜਥੇਬੰਦੀਆਂ ਦਾ ਕੰਮ ਕਰਨ ਦਾ, ਜਥੇਬੰਦੀਆਂ ਦੇ ਨਿਸ਼ਾਨੇ ਮਿਟਣ ਦਾ। ਸੋ ਇਹਨੂੰ ਇਹ ਪੇਸ਼ ਕਰਨਾ ਕਿ ਸਾਡੇ ਤੋਂ ਦੂਰ ਗਏ, ਦੂਰ ਨਹੀਂ ਗਏ, ਬਲਕਿ ਮੈਂ ਇਹ ਕਹਿ ਸਕਦਾ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਅੱਜ ਅਖਬਾਰਾਂ 'ਚ ਲਿਖਣ ਲਈ, ਮੈਗਜ਼ੀਨਾਂ 'ਚ ਲਿਖਣ ਲਈ, ਉਹਨਾਂ ਦੀ ਕਲਮ ਹੈ ਜਿਹੜੀ, ਉਹ ਸਾਡੇ ਹੱਕ 'ਚ ਤਾਂ ਹੀ ਆਈ ਹੈ ਅਗਰ ਅਸੀਂ ਇੱਕ ਸਿਹਤਮੰਦ ਅਤੇ ਇੱਕ ਠੀਕ ਦਿਸ਼ਾ 'ਚ, ਠੀਕ ਨਿਸ਼ਾਨਿਆਂ ਵਾਲੀ ਇੱਕ ਲਹਿਰ ਬਿਲਡਅਪ ਕਰ ਸਕੇ ਹਾਂ ਤਾਂ। ਠੀਕ ਠੀਕ ਡਾਕਟਰ ਦਰਸ਼ਨਪਾਲ, ਇੱਕ ਸਵਾਲ ਮੇਰੇ ਕੋਲ ਬਹੁਤ ਵਾਰ ਆਇਆ, ਮੈਂ ਸਵਾਲ ਤੁਹਾਡੇ ਕੋਲ ਰੱਖਣਾ। ਉਹ ਕਹਿ ਰਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਅੱਜ ਇਹ ਸੋਚਣਾ ਪਊਗਾ ਕਿ ਇਸ ਮੂਵਮੈਂਟ ਦੇ ਵਿੱਚੋਂ ਕੋਈ ਸਿਆਸੀ ਪਾਰਟੀ ਨਿਕਲ ਕੇ ਬਾਹਰ ਆ ਜਾਵੇ ਤਾਂ ਜੋ ਆਪਦੇ ਫੈਸਲੇ ਉਹ ਆਪ ਕਰ ਸਕਣ। ਇੱਕ ਸਵਾਲ ਤਾਂ ਇਹ ਹੈ ਡਾਕਟਰ ਦਰਸ਼ਨਪਾਲ। ਦੂਜਾ ਸਵਾਲ ਇਹ ਹੈ ਸਰ, ਇੱਕ ਆਮ ਲੋਕਾਂ ਵਿੱਚ ਪ੍ਰਚਾਰਿਆ ਜਾ ਰਿਹਾ ਕਿ
इस अंदोलन के सियासत निकलनी होर कुछ निकलना। डॉक्टर दर्शनपाल दो सवाल है सर। नहीं देखो इस अंदोलन के सियासत निकलनी है दो पक्ष ने, एक पहला जो सवाल किया वह है, दूजा सवाल यह है कि वक् वक् सियासी धिर कोई भी शब्द कहा जाए कोई भी एक्ट किया जाए वह सियासत धिर सियासी तौर पर उन्होंने वरतण की कोशिश कर दिया ही ने। जिमें मान लो हुण नड्डा साहब ने बयान देता भी इन्हों तो विचोलीए जोड़े ने करते ये सियासती है, सो साढ़े एक्शन के जी सियासत है वह ऑलरेडी अकाली दल भी कांग्रेस भी आम आदमी पार्टी भी बीजेपी भी वह अपन सियासी धिर अपने अपने तरीके सियासत कर रही ने, लेकिन ये डिपेंड करता कि साड़ी जी मूवमेंट साढ़े निशाने साड़ी दिशा जी अगर वह ठीक है तो उन्होंने उन्होंने सियासत को साडे वल मोड़ा देना पैंदा जो दिता भी है दे भी रहे हैं। एक दूजी गल यह है कि साडे विचों कुछ लोग सियासत करनगे जां सियासी पार्टी बननी चाहिए है, ये देखो ये जिहड़े लोग कहिंदे ने ये सियासी पार्टी बननी चाहिए जां किसानां दी पार्टी बननी चाहिए है, मैं गल बड़ी क्लीयर करदा कि किसान जथेबंदियां सियासी पार्टी बना के जां सियासत जाके हुण तक फुट दा शिकार ही होईआं ने अपने बजुर्गों तो अपने पुराने तजर्बों तो सानू सिख लेना चाहिए। किसान जथेबंदियां वो एक प्रेशर पॉइंट ने, वो एक कह लो भी वाचडॉग्स ने जेडे एक प्रेशर पा के किसानों के हित कुछ करा सकते हैं। जिमें ही कोई लीडर गए ने भावे मान जी गए ने लखोवाल साहब चेयरमैन बने टकैत साहब ने चोन लड़न की कोशिश की जा कल कोई जो कोशिश करेगा तो किसान जथेबंदी टुट जूगी, बिल्कुल उवें जिमें किसान जथेबंदियों के लीडर अगर किसी पार्टी नाल जाते हैं वह किसान जथेबंदी यूनीफाइड नहीं रही टोटे टोटे हो जाती है। डॉक्टर साहब ये सवाल मैं थोड़ा होर बता रहा इस सवाल के विचाले ये सवाल है कि तुम 2022 तो 2024 का प्लान सियासत लई तां तैयार कर लोगे पर तुहाडे मसले हल फिर नहीं होने। डॉक्टर दर्शनपाल इस सवाल को किवें एड्रैस करोगे? देखो ये मसले ने जिहड़े ये मसलियां दी जदों आपां गल करदे आ मेरी भी सारी उम्र लंघी जी, मैं जवानी तो ही देखदा कि मसले कदे कुल मिला के कोई मुक्ति वाली गल तां बनी नहीं कदे, इस करके मसले कुछ हल हो जाते हैं नवे निकल आते हैं, इसलिए ये जिहड़ियां इलैक्शन आनियां ने 2022 दियां जां 24 दियां ये इलैक्शन के अंदर लोग देखो हिंदुस्तान 1947 वाला नहीं है, अंग्रेजा वाला नहीं है, 1970 वाला नहीं है, 90-92 वाला नहीं है, नवी चीज़ा डिवेलप हो गई, सो ये इलैक्शन का दौर है जो चाहे 22 की है चाहे 24 की है, ये बहुता कुछ क्वालिटेटिवली समाज में नहीं बदलनी चीज़ा, ये मसले ने जोड़े ये हौली हौली कुछ हल होंगे ने, लेकिन बहुत ही कोई रेवोल्यूशनरी तरीके हल होने की कोई संभावना वो ता ही बनती है जदों लोगों की लहर कोई एक बहुत उपर चली जाए तो लोग बुनियादी मसलों के उत्ते उंगल रखन लग जाए। मान लो जिवें जमीन का मसला है, जमीन की मालकी का मसला है, गरीबों नूं बराबर का रुतबा देने का मसला है, जात पात नूं टोटल खत्म करने का मसला है, औरतों नूं बराबर अधिकार देने का मसला है, ये जिहड़े सारे मसले ने बहुत बुनियादी मसले ने जिहड़ियां भी जथेबंदियां सियासत च आउंदियां ने ते राजसत्ता दे बैठदियां ने उह इहदा इहदा एक नारा तां लाउंदे ने, लेकिन वो इमानदारी नाल इन्हां मसलियां नूं हल नहीं करते क्योंकि उन्होंने उस चौकट दे विच ही रह के अपने जिहड़े उन्हां दे उह ने सेवा जिन्हां दी सेवा करनी है उन्हां दी सेवा च लगे रहिंदे ने, यह मसले उत्थे ही खड़े रहिंदे ने। चलो मैं एक होर छोटा ब्रेक ले लवां। डॉक्टर दर्शनपाल बहुत बेबाकी नाल जवाब दे रहे हैं, ईमानदारी भी दिखती पी इन्हां जवाबों दे विचाले, पर इस ईमानदारी दे नाल सवाल यह हैगा कि खेती कानून वापस हो सकते हैं रद्द हो सकते हैं उन्हां में सोधा हो सकती हैं, ये सवाल ज्यों दा त्यों है क्योंकि हुण तिकर जो केंद्र सरकार ने फैसले लए आ उस तो केंद्र सरकार पिछे नहीं मुड़ी, पर इस अंदोलन का एक फर्क यह हैगा कि वह मूवमेंट्स है जिहड़ियां सोशल मीडिया से लड़िया गई गूगल पर लड़िया गई ये मूवमेंट ग्राउंड पर है, इसलिए सरकार लिए औखा होया पाया। ब्रेक तो वापस आके पुछूंगा जरूर। सर हुण तिकर जो केंद्र सरकार ने फैसले लए आ तुहानूं इन्हां सारे फैसलों बारे चंगी तरह जानकारी है, मैं वो फैसले नहीं गिनाउणा चाहुंदा जां जिहड़े कानून उन्होंने लियांदे आ वो सर उन्हां तों पिछे नहीं हटदे कदे भी। डॉक्टर दर्शनपाल तुहानूं लगदा कि तुहाडा अंदोलन इन्ना वड्डा ते इन्ना कामयाब हो जाएगा कि कोई सौदा करनी पैणगी केंद्र सरकार नूं, उम्मीद है? नहीं देखो एक गल मैं तुहानूं दसदा कि कुछ मसले ऐसे हुंदे ने जिन्हां नूं असीं ऐ नहीं भी रात नूं आए तो सवेरे हल कर ले जां पंज दिन च हल हो गए, जदों असल च एक पासे सरकार है भारत सरकार दी पॉलिसी लैवल दे उहनां दे इशू ने
ਕਾਰਪੋਰੇਟ ਘਰਾਣਿਆਂ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਡਾਇਰੈਕਸ਼ਨ ਦੇ ਕੇ ਉਹ ਲਾਗੂ ਕਰਵਾਏ ਨੇ। ਇਸ ਕਰਕੇ ਅਸੀਂ ਇਹਨੂੰ ਇਹ ਕਹਿ ਲਈਏ ਕਿ ਇਹ ਮੁੱਦਿਆਂ ਦੇ ਉੱਤੇ ਅਸੀਂ ਕੋਈ ਇੱਕ ਸੂਬਾ ਜਾਂ ਦੋ ਸੂਬਿਆਂ ਦੇ ਕਿਸਾਨ ਇਹਨੂੰ ਹੱਲ ਕਰਾ ਲਾਂਗੇ। ਇਹ ਇਹਨੂੰ ਮੈਨੂੰ ਪਰਸਨਲੀ ਇਹ ਲੱਗਦਾ, ਕਿਸੇ ਨੂੰ ਲੱਗ ਸਕਦਾ ਇਹ ਵੀ ਉਹ ਨਹੀਂ ਇਸ ਕਿਸਮ ਦਾ ਐਡੀ ਜਲਦੀ ਹੋਣ ਵਾਲਾ, ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਸਮਾਜ ਦੇ ਵਿੱਚ ਕੁਛ ਮੁੱਦੇ ਮਸਲੇ ਐਸੇ ਹੁੰਦੇ ਨੇ ਜਿਹੜੇ ਤਬਦੀਲ ਨਹੀਂ ਕਰਾਏ ਜਾ ਸਕਦੇ ਜਾਂ ਜਿਹੜੇ ਤਬਦੀਲ ਨਹੀਂ ਹੁੰਦੇ। ਮੈਨੂੰ ਨਹੀਂ ਲੱਗਦਾ ਕਿ ਕਦੇ ਬ੍ਰਿਟਿਸ਼ ਇੰਡੀਆ ਕੰਪਨੀ ਵੇਲੇ, ਅੰਗਰੇਜ਼ਾਂ ਦੇ ਰਾਜ ਵੇਲੇ ਕਦੇ ਕੋਈ ਲੋਕ ਸੋਚਦੇ ਸੀ ਵੀ ਅੰਗਰੇਜ਼ ਚਲੇ ਜਾਣਗੇ ਇੱਥੋਂ। ਮੈਨੂੰ ਨਹੀਂ ਲੱਗਦਾ ਕਿ ਕਦੇ ਕਿਸੇ ਨੂੰ ਇਹ ਲੱਗਦਾ ਹੋਊਗਾ ਕਿ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਕਦੇ ਉਹ ਖਤਮ ਹੋ ਜੂਗੀ। ਸੋ ਇਹ ਜਿਹੜੀਆਂ ਤਬਦੀਲੀਆਂ ਸਮਾਜ 'ਚ ਆਉਂਦੀਆਂ ਨੇ, ਦੇਖੋ ਇਹ ਤਬਦੀਲੀਆਂ ਸਮਾਜ 'ਚ ਲੋਕਾਂ ਦੇ ਸੋਚਣ ਤੇ ਕਰਨ ਤੋਂ ਬਾਅਦ ਆਉਂਦੀਆਂ ਨੇ। ਸਾਡੀ ਕਿਸਾਨ ਲਹਿਰ ਹੈ ਜਿਹੜੀ, ਇਹਨੂੰ ਵੀ ਅਸਲ 'ਚ ਇਸ ਵਿਸ਼ਵਾਸ ਨਾਲ ਹੀ ਕੰਮ ਕਰਨਾ ਚਾਹੀਦਾ, ਇਸ ਸਮਝ ਨਾਲ ਗੱਲ ਕਰਨਾ ਚਾਹੀਦਾ, ਇਸ ਅਕੀਦੇ ਨਾਲ ਕੰਮ ਕਰਨਾ ਚਾਹੀਦਾ ਕਿ ਅਸੀਂ ਇੱਕ ਲਹਿਰ ਬਿਲਡਅਪ ਕੀਤੀ ਹੈ, ਸਾਡੇ 'ਤੇ ਇੱਕ ਹਮਲਾ ਹੋਇਆ, ਇਹ ਸਾਡੇ ਜਿਉਂਦੇ ਜੀ ਇਹ ਹਮਲੇ, ਕਿਉਂਕਿ ਬਹੁਤ ਸਾਰੇ ਹਮਲੇ ਤਾਂ ਬਹੁਤ ਸਾਰੀਆਂ ਚੀਜ਼ਾਂ ਅੰਗਰੇਜ਼ ਕਰ ਗਏ ਸੀ, ਅੱਗੇ ਲਹਿਰਾਂ ਨਾਲ ਹੱਲ ਹੋਈਆਂ ਹਮਲੇ ਕਰ ਗਏ ਸੀ, ਉਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਬਹੁਤ ਸਾਰੇ ਜਿਹੜੇ ਪਾਲਿਸੀ ਨੇ ਉਹ ਅੱਜ ਦੇ ਯੁੱਗ 'ਚ ਬਣ ਰਹੀਆਂ ਨੇ, ਜਿਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਜਨਰੇਸ਼ਨ ਨੇ ਜਿਹੜੀਆਂ ਉਹਨਾਂ ਨੂੰ ਰੱਦ ਕਰਨਗੀਆਂ। ਅੱਜ ਜਿਹੜਾ ਸਾਡੇ 'ਤੇ ਹਮਲਾ ਹੋਇਆ, ਮੈਂ ਸਮਝਦਾ ਕਿ ਅਗਰ ਕਿਸਾਨਾਂ ਦੀ ਇਹ ਲਹਿਰ ਲੋਕਾਂ ਦੀ ਲਹਿਰ ਬਣ ਜੇ, ਕਿਸਾਨਾਂ ਦੀ ਇਹ ਲਹਿਰ ਦੇਸ਼ ਵਿਆਪੀ ਬਣ ਜੇ, ਕਿਸਾਨਾਂ ਦੀ ਇਹ ਲਹਿਰ, ਉਦਾਹਰਣ ਦੇ ਤੌਰ 'ਤੇ ਜਿਵੇਂ ਮੰਨ ਲਓ, ਮੈਂ ਇਹ ਗੱਲ ਤੁਹਾਡੇ ਸਾਹਮਣੇ ਰੱਖਦਾ ਵੀ 5 ਨੂੰ ਅਸੀਂ ਚੱਕਾ ਜਾਮ ਦਾ ਸੱਦਾ ਦਿੱਤਾ, ਮੰਨ ਲਓ ਅਸੀਂ ਇਸ ਕਿਸਮ ਦੀ ਲਹਿਰ ਕ੍ਰੀਏਟ ਕਰ ਦਈਏ ਕਿ ਹਰ ਘਰ ਹੈ ਜਿਹੜਾ ਸਾਡੇ ਪੰਜਾਬ ਦਾ ਉਹਦੇ 'ਚ ਇਨਵੋਲਵ ਹੋ ਜੇ, ਹਰ ਤਬਕਾ ਇਨਵੋਲਵ ਹੋ ਜੇ, 5 ਤਰੀਕ ਨੂੰ ਸਾਰੇ ਘਰਾਂ ਤੋਂ ਬਾਹਰ ਨਿਕਲਣ, ਸਾਰੇ ਦਫ਼ਤਰਾਂ ਤੋਂ ਬਾਹਰ ਨਿਕਲਣ, ਕਾਲਜਾਂ ਯੂਨੀਵਰਸਿਟੀਆਂ ਤੋਂ ਬਾਹਰ ਆਉਣ, ਅਗਰ ਇਹ ਮੂਵਮੈਂਟ ਪੰਜਾਬ ਦੀ ਅਤੇ ਭਾਰਤ ਦੀ ਇਸ ਕਿਸਮ ਦੀ ਬਣ ਜੇ ਤਾਂ ਮੈਂ ਨਹੀਂ ਸਮਝਦਾ ਇਹ ਕਿ ਕੋਈ ਵੀ ਸਰਕਾਰ ਉਹਦੇ ਅੱਗੇ ਅੜ ਸਕਦੀ ਹੈ। ਲੇਕਿਨ ਕਿਸਾਨਾਂ ਦੀ ਲਹਿਰ, ਲੋਕਾਂ ਦੀ ਲਹਿਰ ਬਣਨੀ ਚਾਹੀਦੀ ਹੈ, ਇਕੱਲੇ ਕਿਸਾਨਾਂ ਦੀ ਲਹਿਰ ਦੇ ਨਾਲ ਇਹ ਮਸਲੇ ਹੱਲ ਨਹੀਂ ਹੋਣ। ਡਾਕਟਰ ਦਰਸ਼ਨਪਾਲ, ਜੋ ਸੂਬਾ ਸਰਕਾਰ ਇਸ ਵੇਲੇ ਖਦਸ਼ਾ ਜਤਾ ਰਹੀ ਹੈ, ਜਿਸ ਤਰੀਕੇ ਨਾਲ ਕੇਂਦਰ ਸਰਕਾਰ ਵੀ ਫੈਸਲੇ ਕਰਦੀ ਪਈ ਹੈ, ਮਾਲ ਗੱਡੀਆਂ ਤੋਂ ਲੈ ਕੇ ਅਸੀਂ ਰੂਰਲ ਡਿਵੈਲਪਮੈਂਟ ਫੰਡ ਤੱਕ ਦੇਖ ਲਈਏ, ਤੁਹਾਨੂੰ ਇਉਂ ਲੱਗਦਾ ਕਿ ਇਸ ਅੰਦੋਲਨ ਦੀ ਵਜ੍ਹਾ ਕਰਕੇ ਪੰਜਾਬ ਨੂੰ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਹੋ ਰਿਹਾ ਅਤੇ ਉਸ ਦੇ ਲਈ ਤੁਹਾਨੂੰ ਵੀ ਚਿੰਤਾ? ਨਹੀਂ, ਦੇਖੋ ਇਸ ਅੰਦੋਲਨ ਕਰਕੇ ਹੀ ਨਹੀਂ, ਕੇਂਦਰ ਦੀ ਆਪਣੀ ਇੱਕ ਕੇਂਦਰੀਕਰਨ ਦੀ ਸੈਂਟਰਲਾਈਜੇਸ਼ਨ ਆਫ ਪਾਵਰਸ ਦੀ ਪਾਲਿਸੀ ਹੈ, ਕਿਉਂਕਿ ਜਿਹੜਾ ਐਕਟ ਹੀ ਲਿਆਂਦਾ ਗਿਆ ਇਹ ਐਕਟ ਹੀ ਜਿਹੜੀ ਸਟੇਟ ਲਿਸਟ ਹੈ ਉਹਦੇ 'ਤੇ ਇਨਕਰੋਚਮੈਂਟ ਹੈ। ਇਸ ਕਰਕੇ ਉਸ ਤੋਂ ਪਹਿਲਾਂ ਵੀ ਐਜੂਕੇਸ਼ਨ ਪਾਲਿਸੀ ਆਈ ਹੈ, ਉਸ ਤੋਂ ਪਹਿਲਾਂ ਵੀ ਮਤਲਬ ਕਿ ਇਹ ਇੱਕ ਦੇਸ਼ ਇੱਕ ਰਾਸ਼ਨ ਕਾਰਡ ਦੀ ਪਾਲਿਸੀ ਆਈ ਹੈ। ਉਹ ਇਹ ਜਿਹੜੀਆਂ ਇਸ ਕਿਸਮ ਦੀਆਂ ਜਿਹੜੀਆਂ ਉਹ ਨੇ, ਇਹ ਨੀਤੀਆਂ ਨੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਨਿਹਿਤ ਨੇ ਉਹਦੀ ਪਾਲਿਸੀ ਦੇ ਅੰਦਰ, ਉਹਦੇ ਇੱਕ ਮੈਂ ਕਹਿਣਾ ਇਹ ਚਾਹੁੰਦਾ ਕਿ ਉਹਦੇ ਵਿਰੋਧ 'ਚੋਂ ਕਿਸਾਨ ਲਹਿਰ ਇੱਕ ਉਪਜੀ ਹੈ। ਲੇਕਿਨ ਕਿਸਾਨ ਲਹਿਰ ਨੇ ਇਹ ਗੱਲ ਨੂੰ ਇੱਕ ਸਰਫੇਸ 'ਤੇ ਲਿਆਂਦਾ ਕਿ ਕਿਵੇਂ ਪੰਜਾਬ ਦੇ ਕਿਸਾਨ ਹੀ ਨਹੀਂ ਇਕੱਲੇ, ਪੰਜਾਬ ਦੇ ਲੋਕ, ਪੰਜਾਬ ਸੂਬਾ ਜਿਹੜਾ ਪ੍ਰਾਂਤ ਹੈ ਉਹਦੇ ਨਾਲ ਵੀ ਕਿਵੇਂ ਧੱਕਾ ਕਰ ਰਹੀ ਹੈ ਕੇਂਦਰ ਸਰਕਾਰ। ਸੋ ਦਿਸ ਇਜ਼ ਨੋਟ ਡਿਊ ਟੂ ਕਿ ਸਾਡੀ ਲਹਿਰ ਕਰਕੇ ਕੀਤਾ ਜਾ ਰਿਹਾ, ਇਹ ਕੇਂਦਰ ਦੀਆਂ ਆਪਣੀਆਂ ਨੀਤੀਆਂ ਨੇ ਜਿਹਦੇ ਵਿੱਚ ਸੈਂਟਰਲ ਸਟੇਟ ਰਿਲੇਸ਼ਨ, ਫੈਡਰਲ ਅਤੇ ਆਟੋਨੋਮਸ ਸਟੇਟ ਦਾ ਜਿਹੜਾ ਰਿਸ਼ਤਾ ਹੈ ਉਹਦੇ ਸਵਾਲ ਸਾਹਮਣੇ ਆ ਕੇ ਖੜੇ ਹੋ ਗਏ। ਸੋ ਕੇਂਦਰ ਜਿਉਂ ਜਿਉਂ ਇਹ ਧੱਕਾ ਕਰੂਗਾ, ਚਾਹੇ ਰੂਰਲ ਡਿਵੈਲਪਮੈਂਟ ਫੰਡ ਦਾ ਹੈ, ਚਾਹੇ ਉਹ ਪੰਜਾਬ ਦੇ ਵਿੱਚ ਮਾਲ ਗੱਡੀਆਂ ਨਾ ਭੇਜਣ ਦਾ ਮਸਲਾ ਹੈ, ਚਾਹੇ ਪੰਜਾਬ ਦੇ APMC ਐਕਟ ਜਾਂ ਦੂਜੇ ਐਕਟਾਂ ਨੂੰ ਇਨਕਰੋਚਮੈਂਟ ਕਰਨ ਦਾ ਮਸਲਾ ਹੈ, ਇਹਦੇ ਉੱਤੋਂ ਸਵਾਲ ਖੜੇ ਹੋ ਜਾਣਗੇ। ਔਰ ਇਹ ਸਵਾਲ ਖੜੇ ਇੰਨੇ ਕੀ ਨਹੀਂ ਹੋਣੇ, ਇਹ ਦੇਸ਼ ਦੇ ਵਿੱਚ ਵੀ ਸਵਾਲ ਖੜੇ ਹੋਣਗੇ, ਕਿਉਂਕਿ ਕੇਂਦਰ ਦੀ ਇਹ ਪਾਲਿਸੀ ਹੈ ਕਿ ਕੇਂਦਰ ਇੰਡੀਆ ਨੂੰ ਇੱਕ ਐਸੀ ਯੂਨੀਟਰੀ ਇਕਾਈ ਬਣਾ ਦਿੱਤਾ ਜਾਵੇ ਜਿਹਦੇ ਵਿੱਚ ਡਾਈਵਰਸਿਟੀ ਹੈ ਜਿਹੜੀ ਲੋਕ ਸਾਡੇ ਅੱਡ ਅੱਡ ਖਿੱਤਿਆਂ ਦੀ, ਉਹਨੂੰ ਮਿਟੀਗੇਟ ਕਰਕੇ, ਉਹਨੂੰ ਖਤਮ ਕਰਕੇ ਇੱਕੋ ਜਿਹਾ ਢਾਂਚਾ ਬਣਾਉਣ ਦੀ ਉਹਨਾਂ ਦੀ ਕੋਸ਼ਿਸ਼ ਹੈ, ਜਿਹੜਾ ਸਾਡੇ ਦੇਸ਼ ਦੇ ਇਤਿਹਾਸਿਕ ਅਤੇ ਭੂਗੋਲਿਕ ਜਿਹੜੇ ਰੀਜ਼ਨ ਨੇ ਉਹਨਾਂ ਕਰਕੇ ਸੰਭਵ ਨਹੀਂ ਹੈ। ਲੋਕ ਇਹਦੇ ਖਿਲਾਫ਼ ਬੋਲਦੇ ਰਹਿਣਗੇ ਔਰ ਲੋਕਾਂ ਨੂੰ ਬੋਲਣਾ ਚਾਹੀਦਾ। ਤੁਸੀਂ ਇਹਨੂੰ ਦੇਸ਼ ਦੀ ਲਹਿਰ ਬਣਾ ਸਕਦੇ ਹੋ, ਤੁਸੀਂ ਪੰਜਾਬ ਮਾਡਲ ਦਾ ਵਾਰ ਵਾਰ ਜ਼ਿਕਰ ਕਰ ਰਹੇ ਹੋ ਡਾਕਟਰ ਦਰਸ਼ਨਪਾਲ, ਇਹ ਦੇਸ਼ ਦੀ ਲਹਿਰ ਬਣ ਸਕਦੀ ਹੈ? ਚਾਹੇ ਮੈਂ 26-27 ਨਵੰਬਰ ਦਾ ਜ਼ਿਕਰ ਕਰ ਲਵਾਂ, ਚਾਹੇ ਮੈਂ 5 ਨਵੰਬਰ ਦਾ ਜ਼ਿਕਰ ਕਰ ਲਵਾਂ। ਦੇਖੋ ਜੀ, ਮੈਂ ਤਾਂ ਇਸ ਨੂੰ ਕੱਲ੍ਹ ਦੀ ਜਿਹੜੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ ਉਹਦੀ ਬੈਕਗ੍ਰਾਉਂਡ 'ਚ ਦੱਸਣਾ ਚਾਹੁੰਦਾ ਕਿ ਇੱਕ ਜਿਹੜਾ ਸਾਡੇ ਐਡਵਰਸ ਫੈਕਟਰ ਹੈ ਉਹ ਹੈ ਕਿ ਇਹਨਾਂ 'ਚੋਂ 2 ਕਾਨੂੰਨ ਨੇ ਜਿਹੜੇ ਮੁੱਖ ਤੌਰ 'ਤੇ ਪੰਜਾਬ ਅਤੇ ਹਰਿਆਣੇ ਅਤੇ ਪੱਛਮੀ UP ਦੇ ਕਿਸਾਨਾਂ ਨੂੰ ਪ੍ਰਭਾਵਿਤ ਕਰ ਰਹੇ ਨੇ, ਪਰ ਇਹਦੇ ਨਾਲ ਨਾਲ ਦੇਸ਼ ਦੇ ਕਿਸਾਨਾਂ ਜਿਹੜਾ ਬਾਕੀ ਸੰਕਟ ਹੈ
अगर ਅਸੀਂ ਉਹਦੇ ਨਾਲ ਜੋੜ ਕੇ ਚੱਲਦੇ ਹਾਂ ਜਿਹਦਾ ਅਸੀਂ ਤੈਅ ਵੀ ਕੀਤਾ ਹੈ ਪਾਵਰ ਬਿੱਲ 220 ਹੈ ਅਗਲੀਆਂ ਮੀਟਿੰਗਾਂ ਦੇ ਵਿੱਚ ਹੋਰ ਵੀ ਕੁਝ ਲਿਆਉਣ ਦੀ ਕੋਸ਼ਿਸ਼ ਕਰਾਂਗੇ ਮੈਂ ਦੇਖ ਰਿਹਾ ਕਿ ਪਿਛਲੇ 3-4 ਸਾਲਾਂ ਤੋਂ ਦੇਸ਼ ਦੀ ਕਿਸਾਨ ਲਹਿਰ ਇੱਕਜੁੱਟ ਹੋ ਕੇ ਬੜੀ ਸਿਆਣਪਤਾ ਨਾਲ ਇਕੱਠੇ ਹੋ ਕੇ ਭਾਰਤ ਦੇ ਅੰਦਰ ਵੱਖੋ ਵੱਖ ਸਮੇਂ ਤੇ ਵੱਖੋ ਵੱਖ ਮਸਲਿਆਂ ਦੇ ਉੱਤੇ ਸੰਘਰਸ਼ ਕਰਦੀ ਆ ਰਹੀ ਹੈ ਔਰ ਮੈਂ ਇੰਨਾ ਆਪਟੀਮਿਸਟਿਕ ਹਾਂ ਆਸ਼ਾਵਾਦੀ ਹਾਂ ਕਿ ਅਗਰ ਅੱਜ ਦੀ ਇਹ ਲੀਡਰਸ਼ਿਪ ਇਹਨਾਂ ਮੁੱਦਿਆਂ ਨੂੰ ਕਿਉਂਕਿ ਜੇ ਰਸਤਾ ਕਲੀਅਰ ਹੈ ਤੁਹਾਨੂੰ ਮੁੱਦੇ ਕਲੀਅਰ ਨੇ ਨਿਸ਼ਾਨੇ ਕਲੀਅਰ ਨੇ ਤਾਂ ਮੈਂ ਸਮਝਦਾ ਕਿ ਬੇਸ਼ੱਕ ਬਹੁਤ ਸਾਰੀਆਂ ਔਕੜਾਂ ਨੇ ਦੇਸ਼ ਦੇ ਵਿੱਚ ਇੱਕਜੁੱਟਤਾ ਬਣਾਉਣ ਲਈ ਬਹੁਤ ਸਾਰੀਆਂ ਭਾਸ਼ਾ ਦੀਆਂ ਦਿੱਕਤਾਂ ਨੇ ਸੱਭਿਆਚਾਰ ਦੀਆਂ ਦਿੱਕਤਾਂ ਨੇ ਇਕਨੋਮਿਕ ਡਿਵੈਲਪਮੈਂਟ ਦੀ ਅਨਈਵਨਨੈਸ ਹੈ ਇਹ ਜਾਤ ਪਾਤ ਦਾ ਮਸਲਾ ਹੈ ਵੱਖੋ ਵੱਖ ਧਰਮਾਂ ਦੇ ਲੋਕ ਨੇ ਬਹੁਤ ਸਾਰੀਆਂ ਵਿੱਚ ਰੁਕਾਵਟਾਂ ਨੇ ਲੇਕਿਨ ਇਹਦੇ ਬਾਵਜੂਦ ਵੀ ਕਿਸਾਨੀ ਇੱਕ ਪਹਿਚਾਣ ਹੈ ਕਿਸਾਨੀ ਇੱਕ ਧੰਦਾ ਹੈ ਕਿਸਾਨਾਂ ਦੀਆਂ ਸਾਂਝੀਆਂ ਮੁਸ਼ਕਲਾਂ ਨੇ ਕਿਸਾਨਾਂ ਦੇ ਸਿੱਧੇ ਟਾਰਗੇਟ ਨੇ ਅਗਰ ਉਹਨਾਂ ਨੂੰ ਅਸੀਂ ਸਮਝ ਕੇ ਸਮਝਾ ਕੇ ਇਕੱਠੇ ਕਰ ਲਈਏ ਤਾਂ ਪੂਰੇ ਕਿਸਾਨ ਦੇਸ਼ ਦੀ ਕਿਸਾਨ ਲਹਿਰ ਨਹੀਂ ਕਿਸਾਨ ਲਹਿਰ ਮੋੜਵੇਂ ਰੂਪ 'ਚ ਦੇਸ਼ ਦੇ ਲੋਕਾਂ ਦੀ ਲਹਿਰ ਨੂੰ ਵੀ ਜਨਮ ਦੇ ਸਕਦੀ ਹੈ ਦਿੱਲੀ ਤੁਹਾਨੂੰ ਸਰ ਉਹ ਜਾਨ ਦੇ ਦੇਣਗੇ ਤੁਸੀਂ ਦਿੱਲੀ ਚਲੋ ਦਾ ਨਾਰਾ ਦਿੱਤਾ ਜਾਨ ਦੇ ਦੇਣਗੇ ਅਗਰ ਇੱਕ ਸ਼ਬਦ 'ਚ ਪੁੱਛੋਗਾ ਤਾਂ ਮੁਸ਼ਕਲ ਲੱਗਦਾ ਹੈ ਲੇਕਿਨ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਨਹੀਂ ਜਾਣ ਦੇਣਗੇ ਤਾਂ ਵੀ ਸਾਡਾ ਜਿੱਤ ਹੈ ਜਾਣ ਦੇਣਗੇ ਤਾਂ ਵੀ ਅਸੀਂ ਜਿੱਤਾਂਗੇ ਦਿੱਲੀ ਚਲੋ ਸਰ ਦਿੱਲੀ ਚਲੋ ਕਹਿਣ ਦੇ ਲਈ ਤੁਸੀਂ ਦੇਰੀ ਤਾਂ ਨਹੀਂ ਕਰਤੀ ਲੱਗਦਾ ਤੁਹਾਨੂੰ ਤੁਹਾਡੀ ਬੈਠਕ ਦੇ ਵਿੱਚ ਇਹ ਚਰਚਾ ਵੀ ਹੋਈ ਸੀਗੀ ਨਹੀਂ ਦਿੱਲੀ ਚੱਲਣ 'ਚ ਅਸੀਂ ਦੇਰੀ ਨਹੀਂ ਕੀਤੀ ਅਸੀਂ ਆਲ ਇੰਡੀਆ ਦੀਆਂ ਕਿਸਾਨ ਜਥੇਬੰਦੀਆਂ ਨੇ ਤੈਅ ਹੀ ਕੀਤਾ ਸੀ ਦੇਖੋ ਇੱਕ ਗੱਲ ਤੁਸੀਂ ਸਪਸ਼ਟ ਸਮਝੋ ਕਿ ਅਸੀਂ ਵੀ ਮਲਕੇ ਇੱਕ ਜ਼ਿੰਮੇਵਾਰ ਲੋਕ ਹਾਂ ਜਦੋਂ ਕਰੋਨਾ ਦੇ ਵਿੱਚ ਐਲਾਨ ਹੋਇਆ ਉਦੋਂ ਸਾਡੇ ਲਈ ਸੰਭਵ ਨਹੀਂ ਸੀ ਵੱਡੇ ਇਕੱਠ ਕਰਦੇ ਅੱਜ ਵੀ ਇਕੱਠਾਂ ਦੇ ਵਿੱਚ ਮੁਸ਼ਕਲ ਹੈ ਲੇਕਿਨ ਹਾਕਮ ਨੇ ਜਿਹੜੇ ਸਾਨੂੰ ਛੋਟੇ ਇਕੱਠ ਵੱਡੇ ਇਕੱਠ ਕਰਨ ਤੋਂ ਵੀ ਰੋਕਣਗੇ ਕੋਵਿਡ ਦਾ ਨਾਂ ਲੱਗੇ ਇਹ ਸਹੀ ਗੱਲ ਹੈ ਸੋ ਦਿੱਲੀ ਜਾਣ ਦੇ ਵਿੱਚ ਅਸੀਂ ਦੇਰੀ ਨਹੀਂ ਕੀਤੀ ਦਿੱਲੀ ਜਾਣ ਦੇ ਲਈ ਇੱਕ ਸਾਨੂੰ ਸਟੇਟ ਲੈਵਲ 'ਤੇ ਪੂਰੀਆਂ ਚੀਜ਼ਾਂ ਨੂੰ ਹੈਂਡਲ ਕਰ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਅਸੀਂ ਘੱਟੋ ਘੱਟ ਪੰਜਾਬ ਦੇ ਵਿੱਚ ਅਸੀਂ ਇੱਕ ਪੂਰਾ ਧਰੁਵੀਕਰਨ ਕਰ ਲਿਆ ਹੋਇਆ ਧਰੁਵੀਕਰਨ ਕਰਨ ਤੋਂ ਬਾਅਦ ਪੰਜਾਬ ਦੇ ਲੋਕ ਪੰਜਾਬ ਦੀਆਂ ਧਿਰਾਂ ਨੂੰ ਇੱਕ ਪਾਸੇ ਕਰ ਲਿਆ ਕੇ ਹੁਣ ਅਸੀਂ ਦਿੱਲੀ ਜਾਣ ਦਾ ਨਾਰਾ ਜਿਹੜਾ ਇਹ ਪੂਰੇ ਹਿੰਦੁਸਤਾਨੀਆਂ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਔਰ ਪੂਰੇ ਹਿੰਦੁਸਤਾਨੀਆਂ ਜਥੇਬੰਦੀਆਂ ਵੱਲੋਂ ਹੀ ਦਿੱਤਾ ਜਾਣਾ ਚਾਹੀਦਾ ਸੀ ਨਾ ਕਿ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਆਖਰੀ ਸਵਾਲ ਜਿਹੜਾ ਸ਼ੰਭੂ ਮੋਰਚਾ ਲੱਗਿਆ ਹੋਇਆ ਦੀਪ ਸਿੱਧੂ ਹਰਾਂ ਦਾ ਉਸ ਬਾਰੇ ਕੀ ਟਿੱਪਣੀ ਕਰਨਾ ਚਾਹੋਗੇ ਤੁਸੀਂ ਦੇਖੋ ਦੀਪ ਸਿੱਧੂ ਦੀ ਆਪਣੀ ਇੱਕ ਰਾਜਨੀਤੀ ਹੈ ਉਹ ਕਿੱਥੋਂ ਰਾਜਨੀਤੀ ਕਰਦਾ ਆਈ ਡੋਂਟ ਨੋ ਬਟ ਉਹਦੀ ਜਿਹੜੀ ਸਮਝ ਹੈ ਉਹਦੀ ਸਮਝ ਜਿੰਨੀ ਕੁ ਮੈਂ ਸੁਣਦਾ ਹਾਂ ਉਹਦੀ ਸਮਝ ਜਿਹੜੀ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਸੰਸੀਅਰ ਅਤੇ ਸੀਰੀਅਸ ਕਿਸਾਨ ਲਹਿਰ ਲਈ ਯੋਗਦਾਨ ਪਾਉਂਦਾ ਉਹਦਾ ਕੋਈ ਆਪਣਾ ਏਜੰਡਾ ਹੋ ਸਕਦਾ ਜਿਵੇਂ ਮੰਨ ਲਓ ਤੁਸੀਂ ਪੋਲੀਟਿਕਸ ਦੀ ਗੱਲ ਕਰਦੇ ਹੋ ਸਕਦਾ ਉਹਨੇ ਕੋਈ ਪੋਲੀਟੀਕਲ ਧਿਰ ਖੜੀ ਕਰਨੀ ਹੋਵੇ ਮਤਲਬ ਕਿ ਸਾਡੀ ਕਿਸਾਨ ਲਹਿਰ ਜਦੋਂ ਬੈਕਗਰਾਊਂਡ 'ਤੇ ਕੰਮ ਕਰ ਰਹੀ ਸੀ ਉਹਦੇ ਵਿੱਚ ਉਹਦਾ ਨਾਂ ਲੈ ਕੇ ਉਹਨੇ ਆਪਣਾ ਮੋਰਚਾ ਲਾਇਆ ਉਸ ਮੋਰਚੇ ਪ੍ਰਤੀ ਸਾਡੇ ਕਿਸਾਨਾਂ ਨੇ ਕੋਈ ਮਤਲਬ ਕਿ ਬਹੁਤਾ ਪਿਆਰ ਨਹੀਂ ਦਿਖਾਇਆ ਉਹਨੇ ਹੁਣ ਕਿਸਾਨ ਲਹਿਰ ਪ੍ਰਤੀ ਕੋਈ ਪਿਆਰ ਨਹੀਂ ਦਿਖਾਇਆ ਪਹਿਲੇ ਦਿਨ ਸਾਡੇ ਉੱਥੇ ਮੀਟਿੰਗ 'ਚ ਆ ਗਿਆ ਸੀ ਉਸ ਤੋਂ ਬਾਅਦ ਉਹ ਸਾਡੇ ਤੋਂ ਨਾਤਾ ਤੋੜ ਗਿਆ ਬਹੁਤੇ ਕਲਾਕਾਰ ਵੀ ਉਹ ਤੋਂ ਨਾਤਾ ਤੋੜ ਗਏ ਸੋ ਉਹਨੂੰ ਮੈਨੂੰ ਲੱਗਦਾ ਕਿ ਬਹੁਤਾ ਸਾਡੇ ਦੇਣ ਦੀ ਲੋੜ ਇੰਪੋਰਟੈਂਸ ਦੇਣ ਦੀ ਲੋੜ ਨਹੀਂ ਨਾ ਹੀ ਅਸੀਂ ਦਿੱਤੀ ਆ ਸੋ ਇਸ ਕਰਕੇ ਉਹ ਇੱਕ ਛੋਟਾ ਜਿਹਾ ਵਰਤਾਰਾ ਹੈ ਉਹ ਛੋਟੇ ਜਿਹੇ ਵਰਤਾਰੇ ਨੂੰ ਇੱਕ ਵੱਡੀ ਲਹਿਰ ਅਤੇ ਵੱਡੇ ਇਤਿਹਾਸਿਕ ਪ੍ਰਸੰਗ ਦੇ ਵਿੱਚ ਸਾਨੂੰ ਬਹੁਤੀ ਅਹਿਮੀਅਤ ਨਹੀਂ ਦੇਣੀ ਚਾਹੀਦੀ ਚਲੋ ਡਾਕਟਰ ਦਰਸ਼ਨਪਾਲ ਤੁਹਾਡਾ ਬਹੁਤ ਧੰਨਵਾਦ ਤੁਸੀਂ ਬੜੀ ਬੇਬਾਕੀ ਨਾਲ ਜਵਾਬ ਦਿੱਤੇ ਆ ਅਤੇ ਬਹੁਤ ਮੈਨੂੰ ਜੋ ਲੱਗਦਾ ਵੈਸੇ ਮੈਂ ਬਹੁਤ ਘੱਟ ਇਹ ਸ਼ਬਦ ਲੈ ਕੇ ਆਉਂਦਾ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਇਮਾਨਦਾਰ ਨਾਲ ਜਵਾਬ ਦਿੱਤੇ ਆ ਸਰ ਡਾਕਟਰ ਦਰਸ਼ਨਪਾਲ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਇਹ ਸਨ ਡਾਕਟਰ ਦਰਸ਼ਨਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਜਿਹੜੇ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਬਣੀ ਹੈ ਕੋਆਰਡੀਨੇਸ਼ਨ ਕਮੇਟੀ ਉਹਦੇ 20 ਮੈਂਬਰਾਂ ਵਿੱਚ ਸ਼ਾਮਿਲ ਹੈ ਕਿਸਾਨ ਜਥੇਬੰਦੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਾਮਿਲ ਹੋਈਆਂ ਬੈਠਕਾਂ ਕਰ ਰਹੀਆਂ ਮੰਥਨ ਕਰ ਰਹੀਆਂ ਪਰ ਇਹਨਾਂ ਦੇ ਵਿਚਾਲੇ ਕਿਹੜੇ ਮੁੱਦਿਆਂ ਨੂੰ ਤਰਜੀਹ ਦੇ ਰਹੀਆਂ ਕਿਹੜੇ ਪਲਾਨ ਉਹਨਾਂ ਦੇ ਸਫਲ ਹੋਣਗੇ ਕੇਂਦਰ ਸਰਕਾਰ ਅੱਗੋਂ ਕੀ ਸੋਚੀ ਬੈਠੀ ਹੈ ਬਹੁਤ ਸਾਰਾ ਭਵਿੱਖ ਦੀ ਗੋਦ ਵਿੱਚ ਹੈ ਪਰ ਜਿਵੇਂ ਡਾਕਟਰ ਦਰਸ਼ਨਪਾਲ ਹਰਾ ਨੇ ਦਿੱਲੀ ਗਾਇਆ ਸੀਗਾ ਇੱਥੇ ਵੀ ਸਾਨੂੰ ਗਾ ਕੇ ਸੁਣਾਇਆ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਅਤੇ ਉਹ ਸਵੇਰ ਦਾ ਇੰਤਜ਼ਾਰ ਮੈਂ ਕਰ ਰਿਹਾ ਬਹੁਤ ਧੰਨਵਾਦ